C5 चैनल नाल प्यार करने वाले साडे मानयोग दर्शकों का बहुत बहुत स्वागत। साडी बुलेट टू बुलेट टीम अपनियां हुण तक दियां ताज़ा चोणवीआं खबरां लैके तुहाडे रूबरू है। अज दियां खबरां ते तबसरे लई सरदार अतिंद्रपाल सिंह जी हमेशा वांग साडे नाल जुड़ चुके ने। फतेह दी सांझ पाउंदे आ सरदार साहब। वाहेगुरू जी का खालसा, वाहेगुरू जी का खालसा, वाहेगुरू जी की फतेह। अतिंद्रपाल सिंह जी, अज एक खबर ने ही सारिआं नूं, सारे पंजाबीआं नूं, जां इह कह लईए कि सारे ही पत्रकारां नूं, सारे देश दे पत्रकारां दी नज़र उहदे ते लिआ खड़ी कीती है जी। अपना सरदार भगवंत सिंह मान मुख मंत्री पंजाब एक गुरद्वारा एक्ट सोध करन जा रहे जी, उह वी अपने फैसले ते जिद्दां दृढ़ लगदे ने। दूजे पासे धामी साहब SGPC ਦੇ ਪ੍ਰਧਾਨ ਐਡਵੋਕੇਟ ਧਾਮੀ ਸਾਹਿਬ, ਉਹਨਾਂ ਨੇ ਵੀ ਕੋਈ ਦਸਤਾਵੇਜ਼ ਦਿਖਾ ਕੇ ਤੇ ਕਿਹਾ ਜੀ ਵੀ ਇਹ ਬਿਲਕੁਲ ਗਲਤ ਕਰਨ ਜਾ ਰਹੇ, ਸਿੱਧਮ ਸਿੱਧੀ ਸਿੱਖ ਧਰਮ ਦੇ ਵਿੱਚ ਦਖਲ ਅੰਦਾਜ਼ੀ ਹੈ। ਤੁਸੀਂ ਇਹ ਸਾਰੇ ਘਟਨਾਕ੍ਰਮ ਨੂੰ ਕਿਵੇਂ ਲੈਂਦੇ ਹੋ? ਦੇਖੋ, ਪੰਜਾਬ ਦਾ ਲਗਾਤਾਰਤਾ ਵਿੱਚ ਹਰ ਪੱਧਰ ਤੇ ਕਾਨ ਕਰਵਾਇਆ ਜਾ ਰਿਹਾ ਜੀ। ਜਿਸ ਵੇਲੇ ਦੀ ਆਮ ਆਦਮੀ ਪਾਰਟੀ ਆਈ ਹੈ ਤੇ ਜਿਸ ਵੇਲੇ ਤੋਂ ਕਾਂਗਰਸ ਅਤੇ ਅਕਾਲੀ ਸੱਤਾ ਵਹੀਨ ਹੋਏ ਨੇ, ਆਪਣੇ ਆਪਣੇ ਤੌਰ ਤੇ ਸਾਰੇ ਹੀ ਹੋਛੇ ਹੋ ਗਏ ਨੇ ਤੇ ਹੋਛੀ ਪੋਲਿਟਿਕਸ ਕਰ ਰਹੇ ਨੇ। ਪਹਿਲੀ ਗੱਲ ਤਾਂ ਮੈਂ ਇਹਨਾਂ ਸਾਰਿਆਂ ਦੀ ਇਸ ਨੂੰ ਹੋਛੀ ਪੋਲਿਟਿਕਸ ਕਹਿੰਦਾ। ਤੀਸਰੇ ਪਾਸੇ ਭਾਜਪਾ ਵਾਲੇ ਹਿੰਦੁਤਵਾ ਪੋਲਿਟਿਕਸ ਕਰਨ ਵਾਸਤੇ ਪੰਜਾਬ ਦਾ ਹਿੰਦੁਤਵੀਕਰਨ ਤੇ ਸਿੱਖਾਂ ਦਾ ਹਿੰਦੁਤਵੀਕਰਨ ਕਰਨ ਤੇ ਲੱਗੇ ਹੋਏ ਨੇ ਤੇ ਪੰਜਾਬ ਹਰ ਪਾਸੇ ਤੋਂ ਘਿਰ ਚੁੱਕਿਆ ਹੈ, ਖਾਸ ਤੌਰ ਤੇ ਸਿੱਖ ਕੌਮ ਹਰ ਪਾਸੇ ਤੋਂ ਘਿਰ ਚੁੱਕੀ ਹੈ। ਕੱਲ ਭਗਵੰਤ ਮਾਨ ਨੇ ਆਪਣਾ ਟਵੀਟ ਕਰਦੇ ਹੋਏ ਕਿਹਾ ਐਤਵਾਰ ਵਾਲੇ ਦਿਨ ਕਿ ਅਸੀਂ ਗੁਰਦੁਆਰਾ ਐਕਟ ਵਿੱਚ ਸੋਧ ਕਰਾਂਗੇ ਤੇ ਸੋਧ ਕਰਕੇ ਗੁਰਬਾਣੀ ਪ੍ਰਸਾਰਣ ਦਾ ਅਧਿਕਾਰ ਸਾਰੇ ਚੈਨਲਾਂ ਨੂੰ ਦਵਾਂਗੇ। ਕੱਲ੍ਹ ਤੋਂ ਹੀ ਇਹ ਕਾਫੀ ਚਰਚਿਤ ਵਿਸ਼ਾ ਚੱਲ ਰਿਹਾ ਹੈ। ਇਸ ਦੇ ਮਾਮਲੇ 'ਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਟਵੀਟ ਕੀਤਾ, ਕੱਲ੍ਹ ਹੀ ਉਹਨਾਂ ਦਾ ਟਵੀਟ ਆ ਗਿਆ ਸੀ। ਉਹਨਾਂ ਨੇ ਕਿਹਾ ਕਿ ਮੁਗਲਾਂ 'ਚ ਵੀ ਇੰਨਾ ਤਸ਼ੱਦਦ ਨਹੀਂ ਸੀ ਹੋਇਆ, ਇੰਨੀ ਦਖਲ ਅੰਦਾਜ਼ੀ ਨਹੀਂ ਸੀ ਹੋਈ ਜਿੰਨੀ ਕਿ ਹੁਣ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਦੀ ਸਰਕਾਰ ਕਰਦੀ ਪਈ ਹੈ। ਹੁਣ ਬੜੀ ਅਜੀਬ ਜਿਹੀ ਸਿਚੁਏਸ਼ਨ ਹੈ ਜੇ ਆਪਾਂ ਇਸ ਗੱਲ ਨੂੰ ਸਿੱਧੇ ਪੱਧਰ ਤੇ ਦੇਖੀਏ ਕਿ ਮੇਰੀ ਸਮਝ ਤੋਂ ਪਰੇ ਹੈ ਕਿ ਇੱਕ ਐਕਟ ਵਿੱਚ ਤਰਮੀਮੀ ਕਰਨਾ ਅਤੇ ਉਸ ਐਕਟ ਵਿੱਚ ਸੋਧ ਕਰਕੇ ਕੋਈ ਚੀਜ਼ ਕੱਢਣੀ ਜਾਂ ਪਾਣੀ ਮੁਗਲ ਕਾਲੀਨ ਸੰਦਰਭ ਵਿੱਚ ਕਿੱਥੇ ਚਲੀ ਜਾਂਦੀ ਹੈ? ਤੇ ਧਰਮ ਵਿੱਚ ਦਖਲ ਅੰਦਾਜ਼ੀ ਆ, ਧਰਮ ਤੇ ਤਸ਼ੱਦਦ ਆ, ਧਰਮ ਦਾ ਨਾਸ਼ ਕਿਵੇਂ ਕਰ ਦਿੰਦੀ ਆ? ਅਤਿਸ਼ਯੋਕਤੀ ਵਰਤੀ ਜਾ ਰਹੀ ਹੈ ਹਰ ਪਾਸੇ। ਸੁਖਬੀਰ ਬਾਦਲ ਦਾ ਅਜਿਹਾ ਕਹਿਣਾ ਉਹਦੀ ਪੀੜ ਸਮਝ ਆਉਂਦੀ ਹੈ ਕਿਉਂਕਿ ਉਹ ਸੱਤਾ ਤੋਂ ਲੰਬੇ ਕੱਢ ਦਿੱਤਾ ਗਿਆ, ਠੀਕ ਆ ਨਾ ਜੀ, ਤੇ ਉਹ ਸੱਤਾ ਹੀ ਚਾਹਣਾ ਚਾਹੁੰਦਾ ਇਸ ਬਹਾਨੇ ਨਾਲ। ਮੁੱਦਾ ਨਹੀਂ ਹੈ ਹੁਣ ਸਰਦਾਰ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਸਾਹਿਬ ਨੇ, ਐਡਵੋਕੇਟ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਅੱਜ ਸਵੇਰੇ। ਪ੍ਰੈਸ ਕਾਨਫਰੰਸ ਕਰਨ ਵਿੱਚ ਵੀ ਉਹਨਾਂ ਨੇ ਬੜੇ ਤੱਥ ਅਤੇ ਸਬੂਤ ਪ੍ਰੈਸ ਦੇ ਸਾਹਮਣੇ ਲਿਆਉਂਦੇ ਨੇ ਅਤੇ ਦਾਅਵਾ ਇਹ ਕੀਤਾ ਕਿ ਬਈ ਪੰਜਾਬ ਸਰਕਾਰ ਕੋਲ ਅਜਿਹਾ ਕੋਈ ਅਧਿਕਾਰ ਨਹੀਂ ਹੈ, ਇਹ ਗੱਲ ਉਹਨਾਂ ਨੇ ਵੀ ਕਹੀ ਹੈ। ਅਤੇ ਆਪਣਾ ਜਾਖੜ ਨੇ ਵੀ ਇਹ ਗੱਲ ਕਹੀ ਹੈ ਕਿ ਬਈ ਅੰਦਰੂ ਸਿੱਖ ਧਰਮ ਦੇ ਅੰਦਰੂਨੀ ਮਾਮਲੇ ਵਿੱਚ ਦਖਲ ਨਹੀਂ ਦਿੱਤੀ ਜਾਣੀ ਚਾਹੀਦੀ ਜੀ। ਤੀਸਰੇ ਪਾਸੇ ਚੀਮਾ ਸਾਹਿਬ ਨੇ, ਅਕਾਲੀ ਦਲ ਦੇ ਪ੍ਰਵਕਤਾ, ਉਹਨਾਂ ਨੇ ਵੀ ਕਿਹਾ ਕਿ ਬਈ ਇਹ ਚੀਜ਼ ਬਰਦਾਸ਼ਤ ਨਹੀਂ ਕੀਤੀ ਜਾਏਗੀ ਕਿਉਂਕਿ 1925 ਦਾ ਐਕਟ ਪਾਰਲੀਮੈਂਟ ਨੇ ਬਣਾਇਆ, ਵਿਧਾਨ ਸਭਾ ਨੇ ਨਹੀਂ ਬਣਾਇਆ ਅਤੇ ਵਿਧਾਨ ਸਭਾ ਕੋਲ ਇਸ ਐਕਟ ਵਿੱਚ ਤਰਮੀਮ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਇਹ ਗੱਲਾਂ ਕਹੀਆਂ ਗਈਆਂ ਨੇ। ਅਜਿਹੀ ਹੀ ਗੱਲ ਇਸੇ ਹੀ ਟੋਨ 'ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਦੀ ਸਾਰੀ ਪ੍ਰੈਸ ਕਾਨਫਰੰਸ ਵੀ ਘੁਮਾਈ ਹੈ। ਹੁਣ ਇੱਥੇ ਪਹਿਲੀ ਗੱਲ ਤਾਂ ਸਿੱਖ ਕੌਮ ਦੇ ਸਾਹਮਣੇ ਇਹ ਮੁੱਦਾ ਆਣ ਖੜਾ ਹੋਇਆ ਕਿ ਕੀ ਪੰਜਾਬ ਵਿਧਾਨ ਸਭਾ
ਗੁਰਦੁਆਰਾ ਐਕਟ ਵਿੱਚ ਕੋਈ ਤਰਮੀਮ ਵਾਧਾ ਘਾਟਾ ਕਰ ਸਕਦੀ ਹੈ ਕਿ ਨਹੀਂ ਕਰ ਸਕਦੀ? ਪਹਿਲਾ ਸਵਾਲ ਇਸ 'ਤੇ ਹੈ। ਦੂਸਰਾ ਸਵਾਲ ਇਸ 'ਤੇ ਹੈਗਾ ਕਿ ਕੀ ਪੰਜਾਬ ਕੈਬਿਨਟ ਗੁਰਦੁਆਰਾ ਐਕਟ ਦੇ ਸੰਬੰਧ ਵਿੱਚ ਕੋਈ ਫੈਸਲਾ ਲੈ ਸਕਦੀ ਹੈ ਕਿ ਨਹੀਂ ਲੈ ਸਕਦੀ? ਤੀਸਰਾ ਇਹਦੇ 'ਚ ਮੁੱਦਾ ਬੈਠ ਜਾਂਦਾ ਹੈ ਕਿ ਜੇ ਪੰਜਾਬ ਵਿਧਾਨ ਸਭਾ ਅਤੇ ਪੰਜਾਬ ਕੈਬਿਨਟ ਇਸ ਐਕਟ 'ਚ ਕੋਈ ਤਰਮੀਮ ਨਹੀਂ ਕਰ ਸਕਦੇ ਤੇ ਫਿਰ ਪੰਥਕ ਹਲਕੇ ਜਿਵੇਂ ਕਿ ਆਪਣਾ ਸਾਬਕਾ ਜਥੇਦਾਰ ਦਮਦਮਾ ਸਾਹਿਬ ਨੇ ਗੱਲ ਕਹੀ ਹੈ, ਜਿਨ੍ਹਾਂ ਦਾ ਕਿ ਇੱਕ ਪੋਲੀਟੀਕਲ ਸੈਮੀ ਪੋਲੀਟੀਕਲ ਅਦਾਰਾ ਅਕਾਲ ਪੁਰਖ ਦੀ ਫੌਜ ਉਹਨਾਂ ਨਾਲ ਮਿਲ ਕੇ ਚੱਲਦਾ ਹੈ, ਐਡਵੋਕੇਟ ਉਹਦੇ ਵੀ ਪ੍ਰਧਾਨ ਨੇ। ਹਾਂਜੀ, ਐਡਵੋਕੇਟ ਜਸਵਿੰਦਰ ਸਰ। ਹਾਂਜੀ, ਉਹ ਕਹਿ ਰਹੇ ਨੇ ਕਿ ਬਈ ਹਾਂ ਅਜਿਹਾ ਹੋਣਾ ਚਾਹੀਦਾ, ਉਹ ਪਿੱਠ 'ਤੇ ਆ ਕੇ ਖੜੇ ਹੋ ਗਏ ਨੇ। ਠੀਕ ਆ ਨਾ ਜੀ। ਤੀਸਰੇ ਪਾਸੇ ਫੂਲਕਾ ਸਾਹਿਬ ਨੇ ਵੀ ਟਵੀਟ ਕੀਤਾ, ਉਹ ਵੀ ਪਿੱਠ 'ਤੇ ਆ ਕੇ ਖੜੇ ਹੋ ਗਏ ਨੇ ਕਿ ਬਈ ਐਸੇ 'ਚ ਕੋਈ ਹਰਜ ਨਹੀਂ ਹੈ। ਪੰਥਕ ਹਲਕੇ ਵੀ ਇਹ ਚੀਜ਼ ਕਹੀ ਜਾ ਰਹੇ ਨੇ। ਹੁਣ ਮੁੱਦੇ ਦੀ ਗੱਲ ਹੈਗੀ ਹੈ ਕਿ ਜੇ ਪੰਜਾਬ ਸਰਕਾਰ ਕੋਲ ਅਜਿਹਾ ਅਧਿਕਾਰ ਨਹੀਂ ਹੈ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਪਿਛਲੇ ਦਿਨਾਂ 'ਚ ਵਫਦ ਪੰਜਾਬ ਦੇ ਚੀਫ ਸੈਕਟਰੀ ਨੂੰ ਮਿਲਣ ਗਿਆ ਸੀ ਤੇ ਉਹਨੇ ਕਿਹਾ ਸੀ ਕਿ ਬਈ ਪੰਜਾਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣ। ਅਸੀਂ ਉਦੋਂ ਕਿਹਾ ਸੀ ਕਿ ਬਈ ਚੀਫ ਸੈਕਟਰੀ ਕੋਲ ਅਜਿਹਾ ਕੋਈ ਅਧਿਕਾਰ ਨਹੀਂ, ਪੰਜਾਬ ਸਰਕਾਰ ਕੋਲ ਅਜਿਹਾ ਕੋਈ ਅਧਿਕਾਰ ਨਹੀਂ। ਅਗਰ ਅੰਮ੍ਰਿਤਸਰ ਅਕਾਲੀ ਦਲ ਚਾਹੁੰਦਾ ਜਾਂ ਭਾਈ ਰਣਜੀਤ ਸਿੰਘ ਜੀ ਚਾਹੁੰਦੇ ਨੇ ਜਾਂ ਪੰਥਕ ਹਲਕੇ ਚਾਹੁੰਦੇ ਨੇ ਤੇ ਇਹਨਾਂ ਨੂੰ ਆਪਣਾ ਵਫਦ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੂੰ ਅਗਵਾਈ ਕਰਨੀ ਚਾਹੀਦੀ ਹੈ। ਉਹ ਆਪਣਾ ਵਫਦ ਬਣਾ ਕੇ ਸੈਂਟਰ ਗੌਰਮੈਂਟ ਵਿੱਚ ਅਮਿਤ ਸ਼ਾਹ ਨੂੰ ਮਿਲਣ ਅਤੇ ਉਹਨਾਂ ਨੂੰ ਕਹਿਣ ਕਿ ਬਈ ਪੰਜਾਬ ਵਿੱਚ ਚੋਣਾਂ ਕਰਵਾਈਆਂ ਜਾਣੀਆਂ ਚਾਹੀਦੀਆਂ। ਤਾਂ ਉਹ ਉਹਨਾਂ ਦਿਨਾਂ 'ਚ ਵੀ ਇਹ ਚੀਜ਼ ਕਹੀ ਸੀ। ਪਰ ਸਿੱਖਾਂ ਨੂੰ ਬੜੇ ਸਹਿਜੇ ਢੰਗ ਨਾਲ ਹੀ ਨਾ ਮੂਰਖ ਬਣਾ ਲਿਆ ਜਾਂਦਾ ਅਤੇ ਕੁਰਾਹੇ ਪਾ ਕੇ ਛੱਡ ਦਿੱਤਾ ਜਾਂਦਾ। ਇੱਕ ਚੁਰਾਹੇ 'ਤੇ ਨਹੀਂ, ਅੱਠ ਰਾਹੇ 'ਤੇ ਲਿਆ ਕੇ ਸਿੱਖਾਂ ਨੂੰ ਕੁਰਾਹੇ ਪਾ ਦਿੱਤਾ ਜਾਂਦਾ ਅਤੇ ਵਾਗਡੋਰ ਛੱਡ ਦਿੱਤੀ ਜਾਂਦੀ ਹੈ ਕਿ ਵੀ ਹੁਣ ਤੁਸੀਂ ਜੋ ਕਰਨਾ ਕਰ ਲਓ। ਅਤੇ ਅੱਠ ਰਾਹੇ 'ਤੇ ਪੈ ਗਏ, ਅੱਠ ਰਾਹੇ ਦੇ ਵੀ ਸ਼ਾਹ ਰਾਹ 'ਤੇ ਨਹੀਂ ਪੈਂਦੇ, ਫਿਰ ਹੋਰ ਅੱਠ ਰਾਹੇ ਵਿੱਚੋਂ ਵੀ ਹੋਰ ਪੱਗ ਡੰਡੀਆਂ 'ਤੇ ਪੈ ਜਾਂਦੇ ਨੇ ਅਤੇ ਇੱਧਰ ਉੱਧਰ ਦੀਆਂ ਅਵੀਆਂ ਥਵੀਆਂ ਮਾਰਨ ਲੱਗ ਜਾਂਦੇ ਨੇ। ਇਹ ਅਵੀਆਂ ਥਵੀਆਂ ਹੀ ਮਾਰਦੇ ਪਏ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਐਡਵੋਕੇਟ ਅਕਾਲ ਜਸਵੰਤ ਸਿੰਘ ਜਸਵਿੰਦਰ ਅਤੇ ਜਸਵਿੰਦਰ ਸਿੰਘ ਅੰਮ੍ਰਿਤਸਰ ਅਕਾਲੀ ਦਲ ਵੀ, ਅਤੇ ਅਵੀਆਂ ਥਵੀਆਂ ਹੀ ਮਾਰ ਰਿਹਾ ਸਰਦਾਰ ਭਗਵੰਤ ਸਿੰਘ ਮਾਨ। ਮੈਂ ਬੜੀ ਸਪਸ਼ਟ ਗੱਲ ਪਹਿਲਾਂ ਕਹਿ ਦੇਣੀ ਚਾਹੁੰਦਾ। ਸਰਦਾਰ ਤਿੰਦਰਪਾਲ ਸਿੰਘ ਜੀ, ਥੋੜ੍ਹੀ ਜਿਹੀ ਇੱਕ ਅੱਗੇ ਨੁਕਤਾ ਇਹ ਉੱਠ ਪੈਂਦਾ ਵੀ ਜਦੋਂ ਅਸੀਂ ਜਦੋਂ ਧਾਮੀ ਸਾਹਿਬ ਵੱਲੋਂ ਦਿਖਾਏ ਗਏ ਦਸਤਾਵੇਜ਼ਾਂ ਨੂੰ ਦੇਖਦੇ ਹਾਂ, ਸੁਣਦੇ ਹਾਂ, ਗੌਰ ਕਰਦੇ ਹਾਂ, ਇਹ ਦਸਤਾਵੇਜ਼ ਉਦੋਂ ਕਿਉਂ ਨਹੀਂ ਦਿਖਾਏ ਗਏ ਜਦੋਂ ਹਰਿਆਣਾ ਗੁਰਦੁਆਰਾ ਕਮੇਟੀ ਹੋਂਦ ਵਿੱਚ ਲਿਆਂਦੀ, ਹਰਿਆਣਾ ਸਰਕਾਰ ਨੇ ਅਸੈਂਬਲੀ ਦੇ ਵਿੱਚ ਮਤਾ ਪਾ ਕੇ, ਉਦੋਂ ਕਿਉਂ ਲਿਆਂਦੀ ਗਈ ਅਤੇ ਉਹਦੇ ਤਾਂ ਮਤੇ ਚੁੱਪ ਰਹੇ? ਹੁਣ ਜਦੋਂ ਇਹਨਾਂ 'ਤੇ ਆ ਗਈ ਗੱਲ ਅਤੇ ਇਹਨਾਂ ਨੇ ਦਸਤਾਵੇਜ਼ ਦਿਖਾਉਣੇ ਸ਼ੁਰੂ ਕਰ ਦਿੱਤੇ, ਆਖਿਰ ਸਿੱਖ ਸੰਗਤ ਨੂੰ ਪੂਰੀ ਸੱਚਾਈ ਕਿਉਂ ਨਹੀਂ ਪਤਾ ਲੱਗਦੀ? ਇਹ ਬੜੀ ਵੱਡੀ ਗੱਲ ਹੈ ਜੀ। ਪਹਿਲੀ ਗੱਲ ਤਾਂ ਹੈਗੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਦੇ ਵੀ ਅੱਜ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਜਾਂ ਗੁਰਦੁਆਰਾ ਬੋਰਡ ਐਕਟ ਸਿੱਖ ਸੰਗਤਾਂ ਨੂੰ ਗੁਰਮੁਖੀ ਛਾਪ ਕੇ ਦਿੱਤਾ ਹੀ ਨਹੀਂ। ਐਸਜੀਪੀਸੀ ਦੀਆਂ ਚੋਣਾਂ ਐਸੇ ਬੇਸ 'ਤੇ ਹੁੰਦੀਆਂ ਨੇ, ਕਿਸੇ ਵੀ ਮੈਂਬਰ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਨਹੀਂ ਹੈਗਾ, ਮੈਂ ਦਾਅਵਾ ਕਰਦਾ ਜੀ, ਅਥੈਂਟਿਕ ਐਕਟ ਨਹੀਂ ਹੈਗਾ, ਨਾ ਪ੍ਰਧਾਨ ਸਾਹਿਬ ਕੋਲ ਹੀ ਹੈ। ਬੜੀ ਸਪਸ਼ਟ ਗੱਲ ਜਿਹੜੀ ਗੱਲ ਕਰਨ ਵਾਲੀ ਹੈ। ਸਭ ਤੋਂ ਪਹਿਲੀ ਗੱਲ ਹੈਗੀ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਰਡ ਬਣਿਆ ਸੀ, ਉਹਨੂੰ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਲਿਆ ਗਿਆ। ਇਹ ਸਾਰਾ ਕੁਛ ਮਾਸਟਰ ਤਾਰਾ ਸਿੰਘ ਅਤੇ ਨਹਿਰੂ ਪੈਕਟ ਦੇ ਦੌਰਾਨ ਹੋਇਆ।
सारा कुछ श्रोमणी गुरुद्वारा प्रबंधक कमेटी नाम ही उस पैक्ट के दौरान ही बनिया। ठीक है जी, हुण असल एक्ट की कापी तो उस किनिया तरमीमां हो चुकी ने इस नूं श्रोमणी गुरुद्वारा प्रबंधक कमेटी भी नहीं दस सकती। बड़ी गंभीर अवस्था जी, क्योंकि सरदार प्रकाश सिंह बादल अते उसकी पार्टी का कब्जा बनाई रखने लई अंडर सैकटरी के साइना हेठा भारत सरकार के अंडर सैकटरी मिनिस्ट्री ऑफ होम अफेयरस के साइना हेठा बिना श्रोमणी गुरद्वारा प्रबंधक कमेटी की प्रवानगी तो बिना अकाली दल की प्रवानगी और अकाली दल के रौला रप्पा पाए तो ऐसे कई तरमीम दर्जना तरमीमा कर दिखाई गई संताली तो बाद। हाँ जी हाँ जी, हुण उहनां तरमीमां वेले तां श्रोमणी गुरद्वारा प्रबंधक कमेटी कदे नहीं बोली, श्रोमणी अकाली दल कदे नहीं बोलिया, प्रकाश सिंह बादल जींदे हुंदे कदे नहीं बोलिया, उहदा पुत्तर नहीं बोली, उहदी पार्टी नहीं बोली, कोई पंथक हलका नहीं बोलिया। ते श्रोमणी गुरद्वारा प्रबंधक कमेटी दे एक्ट दी तां समुची जिहड़ी आत्मा है उह बदली जा चुकी है इक अंडर सैकटरी दे दस्तखता नाल ही, जिहड़ी बेसिक गल है ऐसी कौम तो लुकाई जाती है। जे श्रोमणी गुरुद्वारा प्रबंधक कमेटी दे चोणा चार चार साल पांच पांच साल नहीं होंदिया या पहला चोणा दो साल बाद होंदिया सी फिर चार साल कर दित्तियां गईयां फिर पांच साल कर दित्तियां गईयां, ऐ किवें हो गया कि श्रोमणी गुरुद्वारा प्रबंधक कमेटी दे हाउस ने कदे इस नमित मते पास किते? अज जिहड़ा सुखबीर बादल बोल रहा और एडवोकेट धामी बोल रहा पहला इहदे जवाब तां देण इन्होंने कदे उन्होंने नमित मते पास किए, अगर नहीं किए तो फिर इन्होंने वह चीज़ा प्रवान क्यों कर लिया क्योंकि इन्होंने हित सी। अज श्रोमणी गुरुद्वारा प्रबंधक कमेटी की जी कार्यकारिणी हैगी है गैर विधानक है, 11 साल पहला चोणा हुई सी स्टे मिल गया, स्टे मिलन तो बाद 5 साल उन्होंने लंघा दिते स्टे विच ही, तो पुरानी कार्यकारिणी काम करती रही क्यों करती रही? उदो श्रोमणी गुरुद्वारा प्रबंधक कमेटी धामी साहब या मक्कड़ साहब या जगीर कौर या सुखबीर बादल या इन्होंने पिता जी सरदार प्रकाश सिंह बादल या अकाली दल क्यों नहीं बोलिया? तो हुण जे 5 साल तो सुप्रीम कोर्ट का फैसला आ गया तो बिना चुनी हुई कमेटी जड़ी चुनी गई सी कमेटी उसते स्टे मिलिया सी, हुण वह चुनी हुई कमेटी पिछले 6 साल तो सत्ता ही हैगी है तो वह भी गैर कानूनी हो चुकी है क्योंकि टाइम पीरियड मुका चुकी है, तो हुण उस नमीता क्यों नहीं बोलते? क्यों नहीं चाहता सुखबीर बादल ते धामी कि भाई नवीं चोणा करवाइया जाए? ठीक है ना, यह जेड़े चीजा ते जफा मारन वाली ने गुरु की गोलक ते और गुरु की गोलक की नजायज वरतों पार्टी हितों करन वास्ती ने उन्होंने जब तक है उन्होंने शोषण करते रहते हैं उदों तक तो चुप रहते हैं, जो इन्हों लगता कि हूँ साढ़े को गुरु की गोलक खुस जानी है फिर आ बोलना शुरू कर देंगे ने। यह चीजा सिख कौम विचार अधीन लिया पैनिया ने, इस वास्ते सारी श्रोमणी गुरद्वारा प्रबंधक कमेटी का एक एक मैंबर सारिया कार्यकारणियां श्रोमणी अकाली दल समुचा का समुचा इस नमित गुनहगार है, चाहे वह फिर सबका मैंबर ने तो चाहे वह हूँ ढींसा साहब की पार्टी चले गए ने चाहे पंथक पार्टियां ही चले गए ने, चाहे वह सरदार करनाल सिंह पंजोड़ी साहब होन ते चाहे हूँ बीबी जगीर कौर होए ते चाहे वह जेडे भोर साहब होन, सारे ही उस वेले तो गुनाहगार ने, उन्होंने वेले आदे ते गुनाहगार ने। मैं थोड़ी जी गल कंप्लीट कर ला फिर तुसी सवाल करिया जी, हुण जेडे डाकूमेंट दिखा रहे ने यह डाकूमेंट भी सिख कौम गलत दिखाए जा रहे ने। अच्छा, डाकूमेंट्स का श्रोमणी गुरुद्वारा प्रबंधक कमेटी के एक्ट नाल कोई ताल्लुक नहीं है, जो धामी साहब दिखा रहे ने, धामी साहब दिखा रहे ने कि भाई कंपनी गई सी जी वह सुप्रीम कोर्ट च गई, वह अधिकार सुप्रीम कोर्ट ने नहीं मनिया तो वह गुरबाणी प्रसारण के संबंध च है, उहदा एक्ट नाल कोई ताल्लुकात नहीं है। जिहड़ी है गल भगवंत मान कर रहा वह एक्ट विच तरमीम करन दी गल करदे होए भी
ਇਹ ਕਹਿ ਰਿਹਾ ਕਿ ਮੈਂ ਐਕਟ ਵਿੱਚ ਕੋਈ ਤਰਮੀਮ ਨਹੀਂ ਕਰਨੀ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਾ ਐਕਟ ਵਿੱਚ ਗੁਰਬਾਣੀ ਦੇ ਬ੍ਰੌਡਕਾਸਟ ਦੀ ਕੋਈ ਲਾਈਨ ਨਹੀਂ ਹੈ ਪਰ ਇਫੈਕਟ ਜੇ ਕਿ ਨਹੀਂ ਹੈਗੀ ਲਾਈਨ ਉਸ ਵੇਲੇ ਤਾਂ ਇਹ ਮੁੱਦਾ ਹੀ ਨਹੀਂ ਸੀ ਹੈਗਾ ਸਾਹਮਣੇ ਉੱਥੇ ਭਗਵੰਤ ਮਾਨ ਇੰਨੀ ਗੱਲ ਬਿਲਕੁਲ ਸੱਚੀ ਕਹਿ ਰਿਹਾ ਤੇ ਮੈਂ ਤਾਂ ਸਿਰ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਦੀ ਧਾਰਾ ਜੋੜਨੀ ਹੈ ਉਹ ਚਾਹੇ ਧਾਰਾ ਕੱਟਣੀ ਹੈ ਚਾਹੇ ਜੋੜਨੀ ਹੈ ਉਹਨੂੰ ਤਰਮੀਮ ਹੀ ਮੰਨਿਆ ਜਾਂਦਾ ਇਸ ਕਰਕੇ ਉੱਥੇ ਭਗਵੰਤ ਮਾਨ ਵੀ ਗੁੰਮਰਾਹ ਕਰ ਰਿਹਾ ਸੱਚ ਨਹੀਂ ਬੋਲ ਰਿਹਾ ਇੱਕ ਪੱਖ ਉਹ ਸੱਚਾ ਤਾਂਦਾ ਨਾਲ ਦੋ ਪੱਖ ਝੂਠੇ ਬੋਲਦਾ ਪਿਆ ਤੇ ਇਹ ਸਾਰੀ ਚੀਜ਼ ਵਿੱਚ ਗੱਲਾਂ ਉਲਝਾਈਆਂ ਜਾ ਰਹੀਆਂ ਨੇ ਤੱਥ ਅਤੇ ਸੱਚ ਬਿਲਕੁਲ ਹੀ ਵੱਖਰਾ ਐਕਟ ਦਾ ਅਸੀਂ ਉਸ ਤੇ ਗੱਲ ਕਰਾਂਗੇ ਪਹਿਲਾਂ ਤੁਸੀਂ ਸਵਾਲ ਕਰ ਲਓ ਸਵਾਲ ਤੇ ਬਹੁਤ ਨੇ ਪਰ ਜਿਵੇਂ ਪੰਜਾਬੀ ਦੀ ਇੱਕ ਕਹਾਵਤ ਹੈ ਨਾ ਕਿ 100 ਗਜ ਰੱਸਾ ਸਿਰੇ ਤੇ ਗੰਢ ਆਪਾਂ ਸਿਰੇ ਤੇ ਗੰਢ ਵਾਲੀ ਗੱਲ ਵੱਲ ਪਹਿਲਾਂ ਹੋ ਚੱਲੀਏ ਕਿ ਆਖਰ ਸਿੱਖ ਸਾਇਕੀ ਤੋਂ ਆਉਣੇ ਤੇ ਸਿੱਖ ਸਾਇਕੀ ਵਾਲੇ ਇਹ ਗੁਰਦੁਆਰਾ ਨਿਜ਼ਾਮ ਦੇ ਉੱਤੇ ਕਾਬਜ਼ ਹੀ ਕਿਉਂ ਰਹਿਣਾ ਚਾਹੁੰਦੇ ਨੇ ਕਾਰਨ ਕੀ ਹੈ ਜੀ ਇਹਦੇ ਵਿੱਚ ਅੰਦਰ ਰੌਲਾ ਕੀ ਹੈ ਬੜਾ ਵੱਡਾ ਕਾਰਨ ਹੈ ਜੀ ਐਸੇ ਕਰਕੇ ਹੀ ਪ੍ਰਤਾਪ ਸਿੰਘ ਕੈਰੋਂ ਨੇ ਸਾਧ ਸੰਗਤ ਬੋਰਡ ਬਣਾਇਆ ਸੀ ਕਿਉਂਕਿ ਉਹ ਵੀ ਗੁਰਦੁਆਰਾ ਨਿਜ਼ਾਮ ਨੂੰ ਆਪਣੇ ਹੱਥ ਵਿੱਚ ਲੈਣਾ ਚਾਹੁੰਦਾ ਕਾਂਗਰਸ ਰਾਹੀਂ ਐਸੇ ਨਿਜ਼ਾਮ ਵਾਸਤੇ ਹੀ ਗੁਰਦੁਆਰਿਆਂ ਦੇ ਪ੍ਰਬੰਧ ਤੇ ਕਾਬਜ਼ ਹੋਣ ਵਾਸਤੇ ਹੀ ਦੇਸ਼ ਭਗਤ ਬੋਰਡ ਕਮਿਊਨਿਸਟਾਂ ਨੇ ਬਣਾਇਆ ਸੀ ਐਸੇ ਤੇ ਹੀ ਕਾਬਜ਼ ਹੋਣ ਵਾਸਤੇ ਜਨਸੰਘ ਨੇ ਵੀ ਕੋਸ਼ਿਸ਼ ਕੀਤੀ ਸੀ ਤੇ ਭਾਜਪਾ ਆਰ ਐਸ ਐਸ ਅੱਜ ਤੱਕ ਕੋਸ਼ਿਸ਼ ਕਰ ਰਹੀ ਹੈ ਤੇ ਸਰਦਾਰ ਪ੍ਰਦੀਪ ਸਿੰਘ ਜੀ ਮੁੱਦਾ ਇਹ ਹੈਗਾ ਕਿ ਗੁਰਦੁਆਰਾ ਪ੍ਰਬੰਧ ਤੇ ਕਾਬਜ਼ ਹੋਣ ਲਈ ਇਹ ਸਾਰੀਆਂ ਧਿਰਾਂ ਇਸ ਲਈ ਕੋਸ਼ਿਸ਼ ਅਧੀਨ ਨੇ ਤੇ ਅਕਾਲੀ ਦਲ ਬਾਦਲ ਵੀ ਇਸੇ ਲਈ ਜਫਾ ਨਹੀਂ ਛੱਡਦਾ ਤੇ ਪੰਥਕ ਧਿਰਾਂ ਵੀ ਤਾਂ ਹੀ ਉਸ ਤੇ ਹੁੰਦੀਆਂ ਨੇ ਕਿ ਇਹ ਮੰਨਿਆ ਜਾਂਦਾ ਹੈ ਕਿ ਪੰਜਾਬ ਵੀ ਜਿਹੜਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਹੋ ਗਿਆ ਉਸਦੇ ਕੋਲ ਸਾਰੇ ਗੁਰਦੁਆਰਾ ਪ੍ਰਬੰਧ ਦੀ ਕਮਾਈ ਆ ਜਾਏਗੀ ਗੁਰੂ ਕੀ ਗੋਲਕ ਆ ਜਾਏਗੀ ਗੁਰੂ ਕੀ ਗੋਲਕ ਦੇ ਨਾਲ ਨਾਲ ਆਰਥਿਕਤਾ ਆ ਜਾਏਗੀ ਆਰਥਿਕਤਾ ਦੇ ਨਾਲ ਨਾਲ ਗੁਰੂ ਸਾਹਿਬਾਨਾਂ ਦੇ ਗੁਰਦੁਆਰਿਆਂ ਇਤਿਹਾਸਕ ਗੁਰਦੁਆਰਿਆਂ ਨਾਲ ਹਜ਼ਾਰਾਂ ਏਕੜ ਜ਼ਮੀਨ ਲੱਗੀ ਹੋਈ ਹੈ ਸਿੱਖਾਂ ਵੱਲੋਂ ਸਿੱਖ ਸਟੇਟਸ ਵੱਲੋਂ ਪੁਰਾਤਨ ਉਹ ਹਜ਼ਾਰਾਂ ਏਕੜ ਜ਼ਮੀਨ ਦਾ ਪ੍ਰਬੰਧ ਇਹਨਾਂ ਕੋਲ ਆ ਜਾਏਗਾ ਆਪਣੇ ਬੰਦਿਆਂ ਨੂੰ ਜਿਵੇਂ ਬਾਦਲ ਕੇ 100-100 ਰੁਪਏ ਏਕੜ ਤੇ ਠੇਕੇ ਤੇ ਦੇ ਦਿੰਦੇ ਨੇ ਅੱਜ 50,000 ਰੁਪਏ ਏਕੜ ਠੇਕਾ ਚੱਲ ਰਿਹਾ ਤੇ ਗੁਰਦੁਆਰੇ ਦੀਆਂ ਜ਼ਮੀਨਾਂ ਅੱਜ ਵੀ ਬਾਦਲ ਕਿਆਂ ਕੋਲ 10-10 ਹਜ਼ਾਰ ਰੁਪਏ ਏਕੜ ਤੇ ਨੇ ਬੋਰ ਦੇ ਖਰਚੇ ਵੀ SGPC ਤੇ ਪਾਉਂਦੇ ਨੇ ਟੁੱਟ ਭੱਜ ਵੀ ਉਸੇ ਤੇ ਪਾਉਂਦੇ ਨੇ ਇਹ ਸਾਰੀਆਂ ਚੀਜ਼ਾਂ ਵਾਸਤਾ ਪਿਛੋਕੜ ਇਹਦੇ ਪਿੱਛੇ ਕੰਮ ਕਰਦਾ ਹੈ ਤੇ ਦੂਸਰਾ ਮੰਨਿਆ ਜਾਂਦਾ ਸੀ ਕਿ ਜਿਹਦੇ ਕੋਲ SGPC ਹੈਗੀ ਹੈ ਉਹੀ ਪੰਜਾਬ ਵੀ ਸੱਤਾ ਤੇ ਆ ਜਾਏਗਾ ਪਰ ਇਸ ਨਿਜ਼ਾਮ ਨੂੰ ਕਾਂਗਰਸ ਨੇ ਵੀ ਤੋੜ ਦਿੱਤਾ ਇਸ ਚੀਜ਼ ਨੂੰ ਆਮ ਆਦਮੀ ਪਾਰਟੀ ਨੇ ਵੀ ਤੋੜ ਪਰ ਇਹ ਹੁਣ ਵੀ ਮੰਨਿਆ ਜਾਂਦਾ ਕਿ ਅਕਾਲੀ ਦਲ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਅਕਾਲੀ ਦਲ ਦੀ ਵੋਟ ਦੀ ਰੀੜ ਦੀ ਹੱਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੂੰ ਲੱਗਦਾ ਵੀ ਜੋ ਤੁਸੀਂ ਗੱਲ ਕਹਿਣੀ ਚਾਹੁੰਦੇ ਹੋ ਜਿਹੜੀਆਂ ਪਾਰਟੀਆਂ ਤੇ ਕਾਬਜ਼ ਹੋਣਾ ਚਾਹੁੰਦੀਆਂ ਉਹ ਆ ਆਪਣੀ ਆਰਥਿਕਤਾ ਮਜ਼ਬੂਤ ਕਰਨ ਲਈ ਆਪਣੇ ਪੋਲੀਟੀਕਲ ਖਰਚਿਆਂ ਲਈ ਔਰ ਉਹਨਾਂ ਨੂੰ ਵਲੰਟੀਅਰ ਮਿਲਦੇ ਰਹਿਣ ਰੈਗੂਲਰਲੀ ਅੰਦਰੋਂ ਮੁਫ਼ਤ ਦੇ ਵਿੱਚ ਔਰ ਉਹਨਾਂ ਨੂੰ ਲੰਗਰ ਪਾਣੀ ਛਕਾਉਣ ਲਈ ਠਹਿਰਨ ਲਈ ਹੋਰ ਸਾਰਾ ਜਿਹੜਾ ਉਹਨਾਂ ਦਾ ਪੋਲੀਟੀਕਲ ਜਿਹੜੀਆਂ ਗਤੀਵਿਧੀਆਂ ਉਹਦੇ 'ਚ ਉਹ ਇਹਦੇ 'ਚ ਆਪਣੇ ਆਪ ਨੂੰ ਇਹ ਰਾਹੀਂ ਸਹੂਲਤ ਲੈਣੀ ਚਾਹੁੰਦੇ ਨੇ ਲੈਣਾ ਚਾਹੁੰਦੇ ਨੇ ਇਸੇ ਢੰਗ ਨਾਲ ਹੀ ਜਿੰਨੀਆਂ ਵੀ ਸ਼ਹਿਰੀ ਸਿੰਘ ਸਭਾਵਾਂ ਨੇ ਜਿੰਨੀਆਂ ਵੀ ਪੇਂਡੂ ਪੰਚਾਇਤੀ ਗੁਰਦੁਆਰੇ ਨੇ ਉਹ ਪੋਲੀਟੀਕਲ ਪਾਰਟੀਆਂ ਨੇ ਆਪੋ ਆਪਣੇ ਢੰਗ ਨਾਲ ਵੰਡ ਲਏ ਨੇ ਤੁਸੀਂ ਦੇਖੋ ਵੀ ਕਿਤੇ ਕਾਂਗਰਸ ਕਾਬਜ਼ ਹੈ ਕਿਤੇ ਕੋਈ ਕਾਬਜ਼ ਹੈ ਕਿਤੇ ਕੋਈ ਕਾਬਜ਼ ਹੈ ਤੇ ਇਹ ਸਿੱਖਾਂ ਦੇ ਗੁਰਦੁਆਰਿਆਂ ਤੇ ਕੈਰੀ ਅੱਖ ਰਾਜਨੀਤਿਕ ਲੋਕਾਂ ਦੀ ਇਸ ਲਈ ਹੈ ਕਿ ਉਸ ਤੋਂ ਉਹਨਾਂ ਨੂੰ ਬਹੁਤ ਜ਼ਿਆਦਾ ਸਾਧਨ ਸੰਪੰਨਤਾ ਮਿਲਦੀ ਹੈ ਵਲੰਟੀਅਰ ਮਿਲਦੇ ਨੇ ਲੰਗਰ ਮਿਲਦਾ ਹੈ ਰਹਿਣ ਦੀ ਥਾਂ ਮਿਲਦੀ ਹੈ ਪ੍ਰਚਾਰ ਦੀ ਥਾਂ ਮਿਲਦੀ ਹੈ
ਉਸ ਤੋਂ ਇਲਾਵਾ ਗੁਰੂ ਕੀ ਗੋਲਕ ਬਣੀ ਬਣਾਈ ਦਸਵੰਧ ਦੀ ਆਮਦਨ ਦਿੱਤੀ ਜੀ। ਇਹ ਮੁੱਦਾ ਜਦੋਂ ਅੱਜ ਸਵੇਰੇ ਉੱਠਿਆ ਜੀ ਉਦੋਂ ਤੋਂ ਹੀ ਚਰਚਾ ਦੇ ਵਿੱਚ ਹੈ ਤੇ ਅਸੀਂ ਜਦੋਂ ਬੁਲਟ ਟੂ ਬੁਲਟ ਟੀਮ ਲੋਕਾਂ ਨਾਲ ਵੀ ਕੁਝ ਗੱਲਾਂ ਕੀਤੀਆਂ ਤੇ ਦੋ ਸਵਾਲ ਜਿਹੜੇ ਲੋਕਾਂ ਤੋਂ ਸਾਨੂੰ ਮਿਲੇ ਉਹ ਤੁਹਾਡੇ ਅੱਗੇ ਰੱਖਣੇ ਚਾਹੁੰਦੇ ਹਾਂ, ਉਹਨਾਂ ਤੇ ਸਾਨੂੰ ਦੱਸਿਓ। ਇੱਕ ਤਾਂ ਸਵਾਲ ਇਹ ਵੀ ਹੈ ਜੀ, ਸ਼ੱਕ ਜ਼ਾਹਿਰ ਕੀਤਾ ਜਾਂਦਾ ਕਿ ਇਸ਼ੂ ਪੈਦਾ ਕਰਕੇ ਕਿਤੇ ਇਸ ਤਰ੍ਹਾਂ ਤੇ ਨਹੀਂ ਕਿ ਦੁਬਾਰਾ ਫਿਰ ਕੋਈ ਮੋਰਚਾ ਆਰੰਭਿਆ ਜਾਏਗਾ, ਦੁਬਾਰਾ ਫਿਰ ਕਿਸੇ ਵੱਡੇ ਘਰ ਨੂੰ ਅੱਗੇ ਲਿਆਉਣ ਲਈ ਸਥਾਪਿਤ ਕੀਤਾ ਜਾਏ, ਕੁਝ ਏਦਾਂ ਦੇ ਅੱਗੇ ਜਾ ਕੇ ਕਾਰਵਾਈ ਏਦਾਂ ਤੇ ਨਹੀਂ ਪੈਂਦੀ ਜਾਪਦੀ? ਪਰਦੀਪ ਸਿੰਘ ਜੀ, ਇਹ ਸਵਾਲ ਸਾਹਮਣੇ ਹੈ, ਪਰ ਇਹਨਾਂ ਸਵਾਲਾਂ ਤੋਂ ਪਹਿਲਾਂ ਕੁਛ ਇੱਕ ਸਵਾਲ ਹੋਰ ਕਰਨ ਦੀ ਲੋੜ ਹੈ ਜੀ, ਜਿਹਨਾਂ ਜਵਾਬ ਲੋਕਾਂ ਨੂੰ ਮਿਲਣੇ ਚਾਹੀਦੇ ਨੇ। ਪਹਿਲੀ ਗੱਲ ਤਾਂ ਹੈਗੀ ਹੈ ਕਿ ਜਿਵੇਂ ਕੈਬਨਿਟ ਵਿੱਚ ਕੱਲ ਭਗਵੰਤ ਮਾਨ ਨੇ ਕਿਹਾ ਕਿ ਵੀ ਅਸੀਂ ਕੈਬਨਿਟ ਵਿੱਚ ਫੈਸਲਾ ਕਰਾਂਗੇ, ਪਰ ਅੱਜ ਕੈਬਨਿਟ ਵਿੱਚ ਕੋਈ ਵੀ ਫੈਸਲਾ ਨਹੀਂ ਹੋਇਆ ਇਸ ਸੰਬੰਧ ਵਿੱਚ। ਭਗਵੰਤ ਮਾਨ ਨੇ ਪ੍ਰੈਸ ਆਪਣੀ ਰਿਲੀਜ਼ ਵਿੱਚ ਕਹਿ ਦਿੱਤਾ ਕਿ ਅਸੀਂ ਗੁਰਦੁਆਰਾ ਐਕਟ ਵਿੱਚ ਤਰਮੀਮ ਕਰਾਂਗੇ ਅਤੇ ਬ੍ਰੌਡਕਾਸਟਿੰਗ ਦੀ ਲਾਈਨ ਜੋੜਾਂਗੇ, ਠੀਕ ਹੈ ਨਾ ਜੀ। ਉਹ ਹੁਣ ਇਸ ਨੂੰ ਇਸ ਢੰਗ ਨਾਲ ਮੋੜ ਗਿਆ। ਹੁਣ ਉਹ ਚੀਜ਼ ਆਪਣੇ ਆਪ ਹੀ ਸਾਬਤ ਹੁੰਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਵਿੱਚ ਤਰਮੀਮ ਕਰਨ ਦਾ ਅਧਿਕਾਰ ਪੰਜਾਬ ਵਿਧਾਨ ਸਭਾ ਕੋਲ ਨਹੀਂ ਹੈ, ਉਹਨੂੰ ਸਮਝ ਆ ਗਈ, ਠੀਕ ਹੈ ਨਾ ਜੀ। ਹੁਣ ਪਹਿਲਾਂ ਗੱਲ ਹੈ ਦੇਖਣੀ ਪੈਣੀ ਹੈ ਵੀ ਆਪਾਂ ਬਿਨ ਪਾਣੀਓ ਮੋਜੇ ਨਾਲ ਆਈ ਜਾਈਏ, ਸਬਰ ਸੰਤੋਖ ਨਾਲ ਗੁਰਬਾਣੀ ਸਾਨੂੰ ਚੱਲਣ ਦਾ ਕਹਿੰਦੀ ਹੈ, ਅਤੇ ਧਰਮ ਦੇ ਮੁੱਦੇ 'ਤੇ ਅਸੀਂ ਐਵੇਂ ਹੀ ਗਲਤ ਬਹਿਸਬਾਜ਼ੀ ਕਰਕੇ ਲੋਕਾਂ ਨੂੰ ਭਰਮਾ ਰਹੇ ਹਾਂ। ਹੁਣ ਮੁੱਦਾ ਇਹ ਬਣ ਗਿਆ ਜੇ ਕਿ ਪੰਜਾਬ ਵਿਧਾਨ ਸਭਾ ਜੋ ਕਿ ਇਸ ਐਕਟ 'ਤੇ ਕੋਈ ਤਰਮੀਮ ਨਹੀਂ ਕਰ ਸਕਦੀ, ਐਸੀ 'ਚ ਕੋਈ ਹੋਰ ਆਵਾਂ ਨਹੀਂ ਨੇ, ਪਰ ਪੰਜਾਬ ਵਿਧਾਨ ਸਭਾ ਮਤਾ ਪਾਸ ਕਰਕੇ ਸੈਂਟਰ ਗੌਰਮੈਂਟ ਨੂੰ ਭੇਜ ਸਕਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਵਿੱਚ ਫਲਾਂ ਤਬਦੀਲੀ ਕੀਤੀ ਜਾਵੇ, ਉਹ ਰਿਕੁਐਸਟ ਭੇਜ ਸਕਦੀ ਹੈ। ਅਤੇ ਮੇਰੇ ਹਿਸਾਬ ਨਾਲ ਕੱਲ ਪੰਜਾਬ ਵਿਧਾਨ ਸਭਾ ਵਿੱਚ ਅਗਰ ਜੇ ਵੱਧ ਤੋਂ ਵੱਧ ਕੁਛ ਹੋਇਆ ਵੀ ਤਾਂ ਉਹ ਸਿਰਫ ਇਹ ਤਰਮੀਮ ਦੇ ਐਡਵਾਈਸ ਭੇਜੀ ਜਾਏਗੀ, ਸਲਾਹ ਭੇਜੀ ਜਾਏਗੀ ਕਿ ਬਈ ਇੰਜ ਦੀ ਤਰਮੀਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਵਿੱਚ ਕਰ ਦਿੱਤੀ ਜਾਵੇ। ਸਲਾਹ ਭੇਜਣੀ ਕੋਈ ਵੱਡੀ ਗੱਲ ਨਹੀਂ ਹੈ, ਭੇਜ ਸਕਦੇ ਹੋ, ਲੋਕੀ ਵੀ ਚਾਹੁੰਦੇ ਨੇ, ਸਾਰੇ ਚਾਹੁੰਦੇ ਨੇ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਬਾਕਾਇਦਾ ਆਦੇਸ਼ ਦਿੱਤਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਪੀ ਟੀ ਸੀ ਚੈਨਲ ਦੀ ਬਜਾਏ ਸਾਰਿਆਂ ਨੂੰ ਅਧਿਕਾਰ ਦਿੱਤਾ ਜਾਏ ਅਤੇ ਇੱਕ ਅਧਿਕਾਰ ਖਤਮ ਕੀਤਾ ਜਾਏ, ਗੁਰਬਾਣੀ ਦੀ ਠੇਕੇ ਪ੍ਰਥਾ ਹੀ ਖਤਮ ਕੀਤੀ ਜਾਏ ਬ੍ਰੌਡਕਾਸਟਿੰਗ ਦੀ। ਅਤੇ ਉਦੋਂ ਤੁਸੀਂ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਪਣੇ ਥਾਪੇ ਹੋਏ ਕਾਰਜਕਾਰੀ ਜਥੇਦਾਰ ਦਾ ਆਦੇਸ਼ ਨਹੀਂ ਮੰਨਿਆ, ਉਹਨੂੰ ਲਾਮੇ ਕਰਤਾ ਅਤੇ ਵਿੰਗੇ ਟੇਢੇ ਤਰੀਕੇ ਨਾਲ ਕਰ ਭੇਜਤਾ। ਮੈਨੂੰ ਲੱਗਦਾ ਜੀ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬਿਨਾਂ ਪਾਣੀ ਉਹ ਮੌਜੇ ਨਾ ਲਾਈ ਜਾਈਏ, ਮੈਨੂੰ ਲੱਗਦਾ ਜੀ ਪਾਣੀ ਹੈਗਾ ਤੇ ਮੌਜੇ ਵੀ ਲਾਉਣੇ ਪੈਣੇ। ਜਿਹੜਾ ਦੂਜਾ ਸਵਾਲ ਉਹਦੇ ਤੋਂ ਜ਼ਿਆਦਾ ਗੰਭੀਰ ਆ, ਫਿਰ ਤੁਹਾਡਾ ਅੱਗੇ ਤਬਸਰਾ ਹੋਰ ਵਧੀਆ ਰਹਿ ਜਾਏਗਾ ਸਰਲਤਾ ਨਾਲ ਅੱਗੇ। ਇੱਕ ਸਵਾਲ ਸਾਡੇ ਨਾਲ ਕਿਸੇ ਨੇ ਹੋਰ ਵੀ ਕੀਤਾ ਸੀ ਕਿ ਆਮ ਤੌਰ 'ਤੇ ਸਮਾਜ ਦੇ ਵਿੱਚ ਗੱਲ ਉੱਭਰਦੀ ਹੈ ਕਿ ਆਮ ਆਦਮੀ ਪਾਰਟੀ ਆਰ ਐੱਸ ਐੱਸ ਦਾ ਹੀ ਦੂਸਰਾ ਵਿੰਗ ਹੈ, ਕਿਤੇ ਆਰ ਐੱਸ ਐੱਸ ਤੇ ਨਹੀਂ ਕਿਉਂਕਿ ਭਾਜਪਾ ਤੇ ਹੁਣ ਸੱਤਾ 'ਚ ਨਹੀਂ ਹੈਗੀ ਤੇ ਇਹਨਾਂ ਦੇ ਰਾਹੀਂ ਕੋਈ ਤਰਮੀਮ ਕਰ। ਗੱਲ ਤਰਮੀਮ ਦੀ ਨਹੀਂ ਜੀ, ਗੱਲ ਇਹ ਹੈ ਕਿ ਤੁਸੀਂ ਉਹ ਸਾਈਕੀ ਦੇ ਵਿੱਚ ਇੰਟਰਫੀਅਰ ਕਰਨ ਜਾ ਰਹੇ ਹੋ ਜਿਹੜੀ ਕਿ ਸਿਰਫ ਸਿੱਖ ਸਾਈਕੀ ਆ ਤੇ ਸਿੱਖਾਂ ਨਾਲ ਸੰਬੰਧਿਤ ਹੈ। ਇਹ ਤੁਹਾਡਾ ਸਵਾਲ ਬੜਾ ਵਾਜਬ ਹੈ, ਮੈਂ ਪਹਿਲੇ ਸਵਾਲ ਨਾਲ ਹੀ ਜੋੜ ਕੇ ਇਹਦਾ ਵੀ ਜਵਾਬ ਦੇਵਾਂਗਾ। ਦੇਖੋ ਮੈਂ ਤੁਹਾਨੂੰ ਤਾਂ ਕਹਿ ਰਿਹਾ ਕਿ ਬਿਨ ਪਾਣੀ ਉਹ ਮੋਜੇ ਲੱਥ ਗਏ ਨੇ, ਉਸ ਦੇ ਪਿੱਛੇ ਬੜੀ ਵੱਡੀ ਸਾਜਿਸ਼ ਹੈ। ਜਿਹੜੀ ਤੁਸੀਂ ਦੂਸਰਾ ਸਵਾਲ ਕੀਤਾ ਉਹ ਸਾਜਿਸ਼ ਦੀ ਇੱਕ ਕੜੀ ਹੈ ਦੂਸਰਾ ਤੁਹਾਡਾ, ਪਰ ਇਹਦੇ ਪਿੱਛੇ ਬੜੀ ਵੱਡੀ ਸਾਜਿਸ਼ ਆ। ਮੈਂ ਮੇਰੇ ਗੱਲ ਨੂੰ ਥੋੜ੍ਹੀ ਵਿਸਥਾਰ ਇਸ ਦਰਸ਼ਕਾਂ ਨੂੰ ਸਮਝਾ ਦੇਣਾ ਚਾਹੁੰਦਾ ਜੀ। ਪਹਿਲੀ ਗੱਲ ਦਰਸ਼ਕੋ ਹੈ ਜੇ ਤੁਸੀਂ ਵੀ ਇਸ ਚੀਜ਼ 'ਤੇ ਗੌਰ ਕਰੋ ਕਿ ਪੰਜਾਬ ਵਿਧਾਨ ਸਭਾ ਕੋਲ ਰਾਈਟ ਨਹੀਂ ਹੈਗਾ ਐਸ ਜੀ ਪੀ ਸੀ ਐਕਟ 'ਚ ਤਰਮੀਮ ਕਰਨ ਦਾ,
एसजीपीसी एक्ट विच की होना की नहीं होना, ओ 1962 दा मास्टर तारा सिंह नेहरू पैक्ट होया होया ही ਉਹੀ ਇੱਕ ਮੂਝਬਾਨੀ ਪੈਕਟ ਮੰਨਿਆ ਜਾਂਦਾ, ਉਹਦੀ ਕੋਈ ਲਿਖਤ ਸਾਨੂੰ ਕਿਤੇ ਵੀ ਨਹੀਂ ਮਿਲਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਅੱਜ ਤੱਕ ਉਸ ਦੀ ਲਿਖਤ ਸਾਹਮਣੇ ਨਹੀਂ ਲਿਆ ਸਕੀ, ਜਦਕਿ ਲਿਆਉਣੀ ਚਾਹੀਦੀ ਹੈ। ਉਸ ਵਿੱਚ ਇਹ ਤੈਅ ਹੋਇਆ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਵਿੱਚ ਜਦੋਂ ਵੀ ਕੋਈ ਤਰਮੀਮ ਕੀਤੀ ਜਾਏਗੀ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਾਊਸ ਨੂੰ ਪੁੱਛੇ ਬਗੈਰ ਨਹੀਂ ਕੀਤੀ ਜਾਏਗੀ। ਭਾਰਤ ਸਰਕਾਰ ਵੱਲੋਂ ਇਹ ਭਰੋਸਾ ਦਿੱਤਾ ਗਿਆ ਹੋਇਆ, ਉਹ ਐਕਟ ਦੀ ਭਾਵਨਾ ਹੈ। ਦੂਸਰੀ ਉਸ ਐਕਟ ਦੀ ਭਾਵਨਾ ਹੈਗੀ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਾਊਸ ਪਾਸ ਕਰਕੇ ਮਤਾ ਦਏਗਾ, ਭਾਰਤ ਸਰਕਾਰ ਉਹੋ ਜਿਹੀ ਤਰਮੀਮ ਕਰੇਗੀ। ਇਹ ਹੁਣ ਵਾਰ ਵਾਰ ਇਹਦੇ ਹਵਾਲੇ ਦਿੱਤੇ ਜਾਂਦੇ ਨੇ। ਹੁਣ ਇਸ ਦੇ ਤਹਿਤ ਵੀ ਪੰਜਾਬ ਵਿਧਾਨ ਸਭਾ ਕੋਲ ਕੋਈ ਅਧਿਕਾਰ ਨਹੀਂ ਹੈ, ਇਹ ਗੱਲ ਸਾਡੇ ਸਾਹਮਣੇ ਹੈ, ਜਿਹੜੀ ਗੱਲ ਵਾਰ ਵਾਰ ਅਕਾਲੀ ਹਲਕੇ ਕਰ ਰਹੇ ਨੇ। ਹੁਣ ਇਹਦੇ ਵਿੱਚ ਇੱਕ ਮੁੱਦਾ ਹੋਰ ਸਾਹਮਣੇ ਆ ਗਿਆ ਜੇ ਕਾਨੂੰਨੀ ਤੌਰ 'ਤੇ, ਜਿਸ ਵੇਲੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅੱਡ ਹੋ ਕੇ ਬਣੀ। ਹੁਣ ਉਸ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਲਾਗੂ ਨਹੀਂ ਹੋਇਆ, ਉਸ 'ਤੇ ਹਰਿਆਣਾ ਸਟੇਟ ਦੀ ਵਿਧਾਨ ਸਭਾ ਨੇ ਐਕਟ ਬਣਾਤਾ ਗੁਰਦੁਆਰਾ, ਅਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਵਿਧਾਨ ਸਭਾ ਰਾਹੀਂ ਬਣੀ ਹੈ, ਭਾਰਤ ਸਰਕਾਰ ਰਾਹੀਂ ਨਹੀਂ ਬਣੀ। ਹੁਣ ਉਸ ਨੂੰ ਚੈਲੰਜ ਕੀਤਾ ਗਿਆ ਸੁਪਰੀਮ ਕੋਰਟ ਵਿੱਚ। ਮੈਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ, ਅਸੀਂ ਪਿੱਛੇ ਕਈ ਐਪੀਸੋਡਾਂ ਵਿੱਚ ਉਹਦਾ ਜ਼ਿਕਰ ਕਰ ਚੁੱਕੇ ਹਾਂ ਕਿ ਸੁਪਰੀਮ ਕੋਰਟ ਵਿੱਚ ਮਿੱਥ ਕੇ ਅਕਾਲੀ ਦਲ ਨੇ ਅਤੇ SGPC ਨੇ ਚੱਜ ਨਾਲ ਕੇਸ ਨਹੀਂ ਲੜਿਆ। ਉੱਥੇ ਇਹ ਗੱਲਾਂ ਨਹੀਂ ਕੀਤੀਆਂ ਗਈਆਂ ਜਿਹੜੀਆਂ ਹੁਣ ਧਾਮੀ ਸਾਹਿਬ ਜਾਂ ਸੁਖਬੀਰ ਬਾਦਲ ਕਰਦਾ ਪਿਆ ਜਾਂ ਜਾਖੜ ਸਾਹਿਬ ਕਰਦੇ ਪਏ ਨੇ, ਠੀਕ ਆ ਨਾ ਜੀ। ਉੱਥੇ ਸਾਰੇ ਚੁੱਪ ਰਹੇ ਅਤੇ ਸੁਪਰੀਮ ਕੋਰਟ ਨੇ ਜਿਹੜਾ ਵਰਡਿਕਟ ਦੇ ਦਿੱਤਾ ਉਸ ਵਿੱਚ ਬੜਾ ਸਪਸ਼ਟ ਕਰ ਦਿੱਤਾ ਕਿ ਹਰ ਸਟੇਟ ਨੂੰ ਆਪਣੇ ਗੁਰਦੁਆਰਿਆਂ ਨੂੰ ਪ੍ਰਬੰਧ ਕਰਵਾਉਣ ਵਾਸਤੇ, ਸੁਚੱਜਾ ਪ੍ਰਬੰਧ ਮਿੱਥਣ ਵਾਸਤੇ ਆਪੋ ਆਪਣੇ ਗੁਰਦੁਆਰਾ ਐਕਟ ਬਣਾਉਣ ਦਾ ਅਧਿਕਾਰ ਹੈ। ਹੁਣ ਇੱਥੇ ਲਫ਼ਜ਼ ਦੇਖਿਆ ਜੇ, ਸਾਨੂੰ ਕਾਨੂੰਨੀ ਲਫ਼ਜ਼ ਪੜ੍ਹਨੇ ਪੈਣੇ ਨੇ ਔਰ ਸਿੱਖਾਂ ਨੂੰ ਵੀ ਆ ਬੋਚਣੇ ਚਾਹੀਦੇ ਨੇ। ਉਹਨਾਂ ਨੇ ਕਿਹਾ ਕਿ ਹਰ ਸਟੇਟ ਨੂੰ ਇਹ ਅਧਿਕਾਰ ਹੈ। ਹੁਣ ਜਿਸ ਵੇਲੇ ਹਰ ਸਟੇਟ ਨੂੰ ਇਹ ਅਧਿਕਾਰ ਹੈ ਅਤੇ ਉਸ ਨਿਰਣੈ ਦੇ ਅੰਦਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਫਾਰਮੇਸ਼ਨ ਹੋ ਗਈ, SGPC ਕੱਖ ਨਹੀਂ ਕਰ ਸਕੀ। ਉੱਥੇ ਜਿਹੜੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਸੰਘਰਸ਼ਸ਼ੀਲ ਬੰਦੇ ਸੀ, ਚਾਹੇ ਉਹ ਸਾਧ ਸਨ, ਚਾਹੇ ਉਹ ਡੇਰਾਵਾਦੀ ਸਨ, ਚਾਹੇ ਉਹ ਅਕਾਲੀ ਸਨ, ਉਹਨਾਂ ਨੇ ਉਸ ਚੀਜ਼ ਨੂੰ ਅਸੈਪਟ ਕਰ ਲਿਆ ਔਰ ਉਹਨਾਂ ਨੇ ਉਸ ਚੀਜ਼ ਨੂੰ ਮਾਨਤਾ ਦੇ ਦਿੱਤੀ ਕਿ ਵੀ ਹਾਂ, ਹਰਿਆਣਾ ਸਟੇਟ ਦੀ ਅਸੈਂਬਲੀ ਨੂੰ ਹਰਿਆਣਾ ਸਟੇਟ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਅਧਿਕਾਰ ਹੈ। ਅਤੇ ਉਹ ਅਧਿਕਾਰ ਸਾਹਮਣੇ ਆ ਗਿਆ ਬੜੀ ਸਪਸ਼ਟ ਜਿਹੀ, ਚਾਹੇ ਉਹ ਦਾਦੂਵਾਲ ਸਾਹਿਬ ਹੋਣ, ਚਾਹੇ ਉਹ ਝੀਂਡਾ ਸਾਹਿਬ ਹੋਣ, ਚਾਹੇ ਉਹ ਮਨਜੀਤ ਸਿੰਘ ਜੀ ਹੋਣ, ਚਾਹੇ ਉਹ ਜਿਹੜੇ ਮਰਜ਼ੀ, ਠੀਕ ਆ ਨਾ ਜੀ, ਉਹ ਆ ਗਿਆ। ਹੁਣ ਉਸ ਐਕਟ ਦੇ ਤਹਿਤ ਔਰ ਸੁਪਰੀਮ ਕੋਰਟ ਦੇ ਉਸ ਨਿਰਣੈ ਦੇ ਤਹਿਤ ਪੰਜਾਬ ਵਿਧਾਨ ਸਭਾ ਨੂੰ ਵੀ ਇਹ ਅਧਿਕਾਰ ਦੇ। ਹੁਣ ਮੈਂ ਬੜੀ ਵੱਡੀ ਗੱਲ ਕਹਿਣ ਲੱਗਾ ਕਿਉਂਕਿ ਮੈਂ ਤਾਂ ਕਹਿ ਰਿਹਾ ਬਿਨ ਪਾਣੀ ਮੋਜੋ ਲਾਏ ਜਾ ਰਹੇ ਨੇ। ਹੁਣ ਇਹ ਵੱਡੀ ਗੱਲ ਹੈ ਜੇ ਕਿ ਉਸ ਸੁਪਰੀਮ ਕੋਰਟ ਦੇ ਫੈਸਲੇ ਦੇ ਤਹਿਤ ਪੰਜਾਬ ਵਿਧਾਨ ਸਭਾ ਕੋਲ ਵੀ ਇਹ ਅਧਿਕਾਰ ਤਾਂ ਹੈ ਕਿ ਉਹ ਪੰਜਾਬ ਦੇ ਗੁਰਦੁਆਰਿਆਂ ਲਈ ਇੱਕ ਨਵਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਬਣਾ ਸਕਦੀ ਹੈ। ਸਿੱਖ ਹਲਕਿਆਂ ਨੂੰ ਇਸ ਗੱਲ ਨੂੰ ਗੌਰ ਹੀ ਚਲਾਉਣਾ ਚਾਹੀਦਾ ਮੇਰੀ ਨੂੰ। ਮੈਂ ਬਿਲਕੁਲ ਕਾਨੂੰਨੀ ਨੁਕਤਾ ਨਿਗਾਹ ਤੋਂ ਗੱਲ ਕਰ ਰਿਹਾ, ਤਾਂ ਮੈਂ ਕਹਿ ਰਿਹਾ ਕਿ ਬਿਨ ਪਾਣੀ ਮੋਜੇ ਅਠਰਾਹੇ ਅਤੇ ਸਿੱਖ ਕੌਮ ਨੂੰ, ਚੁਰਾਹੇ 'ਤੇ ਵੀ ਨਹੀਂ, ਅਠਰਾਹੇ 'ਤੇ ਸਿੱਖ ਕੌਮ ਨੂੰ ਐਵੇਂ ਕੁਰਾਹੇ ਪਾ ਕੇ ਛੱਡ ਦਿੱਤਾ ਜਾਂਦਾ ਅਤੇ ਅਸੀਂ ਪਗਡੰਡੀਆਂ 'ਤੇ ਦੌੜਨਾ ਸ਼ੁਰੂ ਕਰ ਦਿੰਦੇ ਹਾਂ, ਕਦੇ ਇਸ ਲਾਲਚ ਲਈ ਕਦੇ ਉਸ ਲਾਲਚ ਲਈ। ਸੁਪਰੀਮ ਕੋਰਟ ਦੇ ਫੈਸਲੇ ਅਧੀਨ ਪੰਜਾਬ
सरकार नूं ते पंजाब दी विधानसभा नूं पंजाब लई अपना नवा गुरद्वारा प्रबंधक कमेटी एक्ट बनाउण दा हुण समुचा अधिकार जे पहली गल आ समझ लैण सिख हलके पर श्रोमणी गुरद्वारा प्रबंधक कमेटी एक्ट च तरमीम करन दा या दखल देण दा अधिकार नहीं जे ना दोनों गल्लां वखो वखरियां हो गईयां सरदार सुखबीर सिंह बादल सरदार एडवोकेट हरजिंदर सिंह धामी केवल सिंह जी या अकाल पुरख की फौज या बाकी सिख संगठन जिहड़ियां गल्लां करदे ने उह श्रोमणी गुरुद्वारा प्रबंधक कमेटी दियां कर रहे ने ते श्री भगवंत मान जी भी श्रोमणी गुरुद्वारा प्रबंधक कमेटी दे एक्ट अधीन ब्रॉडकास्टिंग दी गल कर रहे ने जिहड़े के अधिकार खेतर विच उहनां दे है ही नहीं जे ते श्री भगवंत मान चाहुंदे ने ਤਾਂ ਫਿਰ ਉਹਨਾਂ ਨੂੰ ਇਹ ਚਾਹੀਦਾ ਕਿ ਉਹ ਕਹਿ ਦੇਣ ਕਿ ਪੰਜਾਬ ਵਿੱਚੋਂ ਵੀ ਹੁਣ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਦੀ ਲੋੜ ਨਹੀਂ ਰਹੀ ਜੰਮੂ ਕਸ਼ਮੀਰ ਦੇ ਗੁਰਦੁਆਰੇ ਉਹਨਾਂ ਦੇ ਅਧੀਨ ਚਲੇ ਗਏ ਹਿਮਾਚਲ ਦੇ ਗੁਰਦੁਆਰੇ ਉਹਨਾਂ ਦੇ ਅਧੀਨ ਚਲੇ ਗਏ ਹਰਿਆਣੇ ਦੇ ਗੁਰਦੁਆਰੇ ਉਹਨਾਂ ਦੇ ਅਧੀਨ ਚਲੇ ਗਏ ਹੋ ਗਈ ਨਾ ਜੀ ਤਰਮੀਮ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਵੱਖਰਾ ਬਣ ਗਿਆ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੁਛ ਕੱਖ ਨਹੀਂ ਕੀਤਾ ਤੇ ਉਸੇ ਬਿਨਾ ਤੇ ਹੁਣ ਅਸੀਂ ਵੀ ਪੰਜਾਬ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਨਵਾਂ ਬਣਾਵਾਂਗੇ ਤੇ ਇਸ ਤੋਂ ਸ੍ਰੀ ਭਗਵੰਤ ਮਾਨ ਨੂੰ ਕੋਈ ਨਹੀਂ ਜੇ ਰੋਕ ਸਕਦਾ ਜੇ ਤੇ ਉਹ ਇਹ ਗੱਲ ਕਰ ਇੱਕ ਮਿੰਟ ਜਿਸ ਵੇਲੇ ਉਹ ਇਹ ਕਹਿੰਦੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਅਸੀਂ ਨਵੀਂ ਧਾਰਾ ਜੋੜਾਂਗੇ ਤੇ ਉਸਦਾ ਅਧਿਕਾਰ ਉਹਨਾਂ ਕੋਲ ਨਹੀਂ ਮੈਂ ਤਾਂ ਕਹਿ ਰਿਹਾ ਗੱਲਾਂ ਸਾਰੀਆਂ ਹੀ ਗਲਤ ਕੀਤੀਆਂ ਜਾ ਰਹੀਆਂ ਨੇ ਕੋਈ ਵੀ ਸਹੀ ਲਈ ਤੇ ਸਿੱਖ ਕੌਮ ਨੂੰ ਸਹੀ ਜਾਣਕਾਰੀ ਨਹੀਂ ਦੇ ਰਿਹਾ ਸਾਡਾ ਐਪੀਸੋਡ ਸਿੱਖ ਕੌਮ ਨੂੰ ਅੱਜ ਸਹੀ ਜਾਣਕਾਰੀ ਦੇ ਰਿਹਾ ਹੁਣ ਆ ਜਾਓ ਗੱਲ ਇਸ ਤੇ ਜਿਵੇਂ ਜਾਖੜ ਕਹਿ ਰਿਹਾ ਜਿਵੇਂ ਸੁਖਬੀਰ ਬਾਦਲ ਕਹਿ ਰਿਹਾ ਜਿਵੇਂ ਚੀਮਾ ਸਾਹਿਬ ਕਹਿ ਰਹੇ ਨੇ ਜਿਵੇਂ ਧਾਮੀ ਸਾਹਿਬ ਕਹਿ ਰਹੇ ਨੇ ਸਭ ਗਲਤ ਕਹਿ ਰਹੇ ਨੇ ਕਿ ਜੇ ਹੁਣ ਭਗਵੰਤ ਮਾਨ ਔਰ ਆਮ ਆਦਮੀ ਪਾਰਟੀ ਸਰਕਾਰ ਫੈਸਲਾ ਕਰ ਲਏ ਕਿ ਜੀ ਅਸੀਂ ਗੁਰਦੁਆਰਾ ਪ੍ਰਬੰਧ ਲਈ ਨਵਾਂ ਐਕਟ ਪੰਜਾਬ ਸਰਕਾਰ ਹੀ ਬਣਾਏਗੀ ਤੇ ਉਹ ਇੱਕ ਨਵੀਂ ਬਹਿਸ ਸ਼ੁਰੂ ਹੋ ਜਾਏਗੀ ਉਸ ਤੇ ਮੰਨਿਆ ਜਾਣਾ ਚਾਹੀਦਾ ਕਿ RSS ਹੁਣ ਜਿਹੜਾ ਹੁਣ ਸਵਾਲ ਤੁਹਾਡਾ ਕਿ RSS ਸ੍ਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਰਾਹੀਂ ਕੇਜਰੀਵਾਲ ਦੇ ਦਰਵਾਜ਼ੇ ਤੋਂ ਪੰਜਾਬ ਵਿੱਚ ਸਿੱਖ ਸਾਈਕੀ ਤੇ ਅਟੈਕ ਕਰ ਰਹੀ ਹੈ ਅਤੇ ਸਿੱਖ ਧਰਮ ਵਿੱਚ ਦਖਲ ਅੰਦਾਜ਼ੀ ਦੇ ਰਹੀ ਹੈ ਜੇ ਤੇ ਇੰਜ ਕੀਤਾ ਜਾਂਦਾ ਤਾਂ ਮੰਨਿਆ ਜਾਣਾ ਚਾਹੀਦਾ ਹਲੇ ਇੰਜ ਨਹੀਂ ਕੀਤਾ ਗਿਆ ਜਿਹੜੀ ਚੀਜ਼ ਮੈਂ ਸਮਝ ਰਿਹਾ ਪਰ ਭਵਿੱਖ ਵਿੱਚ ਇੰਜ ਕੀਤਾ ਜਾ ਸਕਦਾ ਹੈ ਹੁਣ ਇੰਜ ਕੀਤਾ ਜਾ ਸਕਦਾ ਇਸ ਨਿਮਿਤ ਨਾ ਤਾਂ ਅਕਾਲੀ ਦਲ ਅਵੇਅਰ ਹੈ ਨਾ ਮਾਸਟਰ ਤਾਰਾ ਸਿੰਘ ਨਹਿਰੂ ਪੈਕਟ ਅਵੇਅਰ ਹੈ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਵੇਅਰ ਹੈ ਇਹ ਤਾਂ ਸੁਖਬੀਰ ਬਾਦਲ ਜਾਂ ਹਰਜਿੰਦਰ ਸਿੰਘ ਧਾਮੀ ਜਾਂ ਅਕਾਲੀ ਦਲ ਸਿਰਫ ਇਸ ਚੀਜ਼ 'ਤੇ ਰੌਲਾ ਪਾ ਰਿਹਾ ਕਿ ਜਿਹੜੀ PTC ਰਾਹੀਂ ਆਮਦਨ ਸੁਖਬੀਰ ਬਾਦਲ ਦੇ ਘਰੇ ਜਾਂਦੀ ਹੈ ਉਹ ਨਾ ਰੁਕ ਜਾਏ ਦਰਦ ਇਸ ਚੀਜ਼ ਦਾ ਜੇ ਤੇ PTC ਤੋਂ ਪ੍ਰਸਾਰਣ ਖੋਣ ਵਾਸਤੇ ਸਮੁੱਚਾ ਖਾਲਸਾ ਪੰਥ ਇੱਕ ਮਤ ਆ ਪਰ ਖਾਲਸਾ ਮਤ ਪੰਥ ਇੱਕ ਮਤ ਹੋਣ ਦੇ ਬਾਵਜੂਦ ਵੀ ਖਾਲਸਾ ਪੰਥ ਕੋਲ ਕੋਈ ਵੀ ਅਜਿਹਾ ਪ੍ਰਬੰਧਕੀ ਨਿਜ਼ਾਮ ਦਾ ਢਾਂਚਾ ਅੱਜ ਨੂੰ ਅੱਜ ਕੱਲ੍ਹ ਬੜੇ ਵੱਡੇ ਲਫ਼ਜ਼ਾਂ ਵਿੱਚ ਸਿੱਖ ਸਿਆਸਤ ਵਾਲੇ ਵੀ ਤੇ ਬਾਕੀ ਵੀ ਕਹਿ ਦਿੰਦੇ ਨਾ ਬਿਰਤਾਂਤ ਨਹੀਂ ਹੈਗਾ ਕੋਈ ਵੀ ਨੈਰੇਟਿਵ ਨਹੀਂ ਹੈਗਾ ਕਿ ਉਹ ਕਿਵੇਂ ਤੇ ਕੀ ਕੀਤਾ ਜਾਵੇ ਉਸ ਖਲਾਅ ਵਿੱਚ ਭਗਵੰਤ ਮਾਨ ਆਪਣੇ ਕੰਕਰ ਸੁੱਟਦਾ ਪਿਆ ਤੇ ਹਲਚਲ ਪੈਦਾ ਕਰਦਾ ਪਿਆ ਮੈਂ ਇਸ ਨੂੰ ਸਿਰਫ ਇੰਨਾ ਕੁ ਜਿੰਨਾ ਮੰਨਦਾ ਪਰ ਇਸ ਵਿੱਚ ਸਿੱਖ ਸਾਈਕੀ ਦੀ ਇਹ ਡਿਮਾਂਡ ਬਹੁਤ ਵੱਡਾ ਤੇਲ ਪਾ ਰਹੀ ਹੈ ਭਾਂਬੜ ਮਚਾਉਣ ਵਾਸਤੇ ਕਿ PTC ਤੋਂ ਸਾਰਾ ਪ੍ਰਬੰਧ
ਖੋਇਆ ਜਾਣਾ ਚਾਹੀਦਾ, ਏਕਾਧਿਕਾਰ ਖੋਇਆ ਜਾਣਾ ਚਾਹੀਦਾ। ਹੁਣ ਪਿਛਲੇ ਦਿਨਾਂ ਵਿੱਚ ਹੀ ਮੈਂ ਇੱਥੇ ਇਹ ਵੀ ਗੱਲ ਕਹਿ ਦੇਣੀ ਚਾਹੁੰਦਾ, ਪਿਛਲੇ ਦਿਨਾਂ ਵਿੱਚ ਹੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੁਛ ਡਾਕੂਮੈਂਟ ਦਿੱਤੇ ਸੀ ਅਤੇ ਕਿਹਾ ਸੀ ਕਿ ਬਈ ਪੀ ਟੀ ਸੀ ਨਾਲ ਇਕਰਾਰ ਹੈਗਾ, ਹਰ ਸਾਲ ਪੀ ਟੀ ਸੀ ਪਹਿਲਾਂ 80 ਲੱਖ ਦਿੰਦੀ ਸੀ, ਫਿਰ ਕਰੋੜ ਦਿੰਦੀ ਸੀ, ਆ 1.25 ਕਰੋੜ ਦਿੰਦੀ ਆ। ਉਹ ਵੀ ਅਧੂਰੀ ਜਾਣਕਾਰੀ ਦਿੱਤੀ ਗਈ ਸੀ ਕੌਮ ਨੂੰ। ਦੂਸਰੇ ਪਾਸੇ ਪੀ ਟੀ ਸੀ ਨੂੰ ਜਿਹੜੀ ਪੇਮੈਂਟ ਐਸ ਜੀ ਪੀ ਸੀ ਵੱਲੋਂ ਕੀਤੀ ਜਾਂਦੀ ਹੈ ਪ੍ਰਸਾਰਣ ਨਮਿਤ ਜਾਂ ਹੋਰ ਸਮਾਗਮਾਂ ਦੇ ਪ੍ਰਸਾਰਣ ਨਮਿਤ, ਉਹ ਲੁਕੋਈ ਜਾ ਰਹੀ ਹੈ। ਉਹ ਆਡੀਟਰ ਜਨਰਲ ਵੀ ਲੁਕੋ ਰਿਹਾ, ਉਹ ਕੋਹਲੀ ਸਾਹਿਬ ਵੀ ਚੁੱਪ ਨੇ ਉਸ ਸੰਬੰਧ ਵਿੱਚ, ਜਿਹੜੇ ਆਡਿਟ ਕਰਦੇ ਨੇ ਅਕਾਊਂਟ ਅਤੇ ਜਿਹੜੇ ਸੀ ਏ ਨੇ ਉਹ ਵੀ ਚੁੱਪ ਨੇ ਉਸ ਸੰਬੰਧ ਵਿੱਚ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਚੁੱਪ ਹੈ ਉਸ ਸੰਬੰਧ ਵਿੱਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਵੀ ਚੁੱਪ ਹੈ। ਜਿੱਥੇ ਪੀ ਟੀ ਸੀ ਦਾ ਦੱਸਿਆ ਜਾਂਦਾ ਜੀ ਉਹ ਸਾਲ ਦਾ 1.25 ਕਰੋੜ ਦੇ ਦਿੰਦੀ ਹੈ, ਅਤੇ ਇਹ ਕਿਉਂ ਨਹੀਂ ਦੱਸਿਆ ਜਾਂਦਾ ਕਿ ਪਿਛਲੇ ਦਰਵਾਜ਼ੇ ਤੋਂ ਤਥਾਕਥਿਤ ਤੌਰ 'ਤੇ ਪੀ ਟੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਉਹਨਾਂ ਦੇ ਲਾਈਵ ਹੋਰ ਪ੍ਰਸਾਰਣ ਕਰਨ ਲਈ ਘੱਟੋ ਘੱਟ 5-6 ਕਰੋੜ ਰੁਪਈਆ ਲੈ ਵੀ ਜਾਂਦੀ ਹੈ, ਹੋ ਸਕਦਾ ਇਸ ਤੋਂ ਵੱਧ ਵੀ ਲੈ ਜਾਂਦੀ ਹੋਏ। ਮੈਂ ਸਿੱਧੀ ਗੱਲ ਕਰ ਰਿਹਾ, ਮੈਂ ਨਵੀਂ ਗੱਲ ਸੀ ਕੌਮ ਨੂੰ ਦੱਸ ਰਿਹਾ, ਇਸ ਦੀ ਵੀ ਪੁਣਛਾਣ ਅਤੇ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਅਤੇ ਇਸ ਮੁੱਦੇ ਪ੍ਰਤੀ ਬਾਦਲਾਂ ਦੀ ਇਜਾਰੇਦਾਰੀ ਨੂੰ ਖੋਹਣ ਦੀ ਇੱਕ ਸਾਈਕੀ ਸੀ ਕੌਮ ਦੀ ਕੰਮ ਕਰ ਰਹੀ ਹੈ, ਜਿਸ ਸਾਈਕੀ ਦਾ ਫਾਇਦਾ ਸ੍ਰੀ ਭਗਵੰਤ ਮਾਨ ਜੀ ਚੁੱਕਣਾ ਚਾਹ ਰਹੇ ਨੇ, ਪਰ ਉਹ ਚੁੱਕਣ ਦੀ ਬਜਾਏ ਸਿੱਖ ਕੌਮ ਦੀ ਵੀ ਸਾਈਕੀ 'ਚ ਦਖਲ ਅੰਦਾਜ਼ੀ ਦੇ ਰਹੇ ਨੇ, ਅਤੇ ਉਸ ਦਖਲ ਅੰਦਾਜ਼ੀ ਦੇ ਐਵਜ਼ 'ਚ ਭਵਿੱਖ 'ਚ ਕੀ ਸਾਹਮਣੇ ਆਏਗਾ, ਮੈਂ ਤੁਹਾਡੇ ਸਾਹਮਣੇ ਉਹ ਮੁੱਖਰ ਤੌਰ 'ਤੇ ਕਹਿ ਦਿੰਦਾ। ਭਵਿੱਖ 'ਚ ਇਹ ਸਾਹਮਣੇ ਆਏਗਾ ਜੇ ਕਿ ਇਸ ਢੰਗ ਨਾਲ ਪਿਛਲੀ ਜਿਹੜੀ ਸਾਜਿਸ਼ ਘੜੀ ਗਈ ਹੈ, ਉਹ ਸਾਜਿਸ਼ ਇਹ ਘੜੀ ਗਈ ਹੈ ਕਿ ਕਿਸੇ ਨਾ ਕਿਸੇ ਢੰਗ ਨਾਲ ਸੁਖਬੀਰ ਬਾਦਲ ਅਤੇ ਬਾਦਲਾਂ ਨੂੰ ਪੁਨਰ ਸਥਾਪਿਤ ਕਰਾਉਣ ਲਈ, ਕਿਉਂਕਿ ਮੈਂ ਬਾਰ ਬਾਰ ਕਹਿੰਦਾ ਕਿ ਇਸ ਕਦਰ ਸਸਤੇ ਵਿਕੇ ਹੋਏ ਪੋਲੀਟੀਕਲ ਲੀਡਰ ਭਾਰਤੀ ਨਿਜ਼ਾਮ ਨੂੰ ਕਿਸੇ ਹੋਰ ਸਿਸਟਮ ਵਿੱਚੋਂ ਮਿਲਣੇ ਹੀ ਨਹੀਂ ਸਿੱਖਾਂਗੇ। ਇਸ ਲਈ ਉਹ ਬਾਦਲ ਅਕਾਲੀ ਦਲ ਨੂੰ ਸਿੱਖ ਕੌਮ ਵਿੱਚ ਪੁਨਰ ਸਥਾਪਿਤ ਕਰਵਾਉਣ ਵਾਸਤੇ ਅਜਿਹੀਆਂ ਚੁਣਚੁਣੀਆਂ ਛੇੜ ਕੇ ਬਾਦਲਾਂ ਨੂੰ ਇੱਕ ਪੋਲੀਟੀਕਲ ਅਤੇ ਧਾਰਮਿਕ ਸਟੇਜ ਦੇਣਾ ਚਾਹੁੰਦੀ ਹੈ ਕਿ ਬਾਦਲ ਫਿਰ ਉਸ ਬਿਨਾਂ 'ਤੇ ਸਿੱਖ ਕੌਮ ਵਿੱਚ ਫਿਰ ਕੋਈ ਧਰਮ ਬਚਾਉਣ ਦਾ ਮੋਰਚਾ ਆਰੰਭ ਕਰਕੇ ਕਾਬਜ਼ ਹੋ ਜਾਣ। ਮੈਂ ਇਸ ਸਾਰੇ ਕਰਮ ਕਾਂਡ ਦੇ ਪਿੱਛੇ, ਇਹ ਸਾਰੀ ਵਿਉਂਤਬੰਦੀ ਦੇ ਪਿੱਛੇ ਇਸ ਸਾਜਿਸ਼ ਨੂੰ ਪ੍ਰਤੱਖ ਦੇਖ ਰਿਹਾ, ਸੁੰਘ ਨਹੀਂ ਰਿਹਾ, ਪ੍ਰਤੱਖ ਦੇਖ ਰਿਹਾ। ਅਤੇ ਅਲਟੀਮੇਟਲੀ RSS ਦੇ ਘਰੋਂ ਭਾਜਪਾ ਦੀ ਜਨਸੰਘੀ ਵਿਚਾਰਧਾਰਾ ਦੇ ਅਧੀਨ ਹਿੰਦੁੱਤਵਾ ਕਰਨ ਸਿੱਖ ਕੌਮ ਦਾ ਕਰਵਾਉਣ ਵਾਸਤੇ ਮੁੜ ਤੋਂ ਬਾਦਲਾਂ ਨੂੰ ਸੁਰਜੀਤ ਕਰਨ ਦੀ ਇੱਕ ਵਿਉਂਤਬੰਦੀ ਚੱਲ ਰਹੀ ਹੈ। ਉਸ ਵਿਉਂਤਬੰਦੀ 'ਚ ਕੇਜਰੀਵਾਲ ਰਾਹੀਂ RSS ਭਗਵੰਤ ਮਾਨ ਦਾ ਇਸਤੇਮਾਲ ਕਰ ਰਹੀ ਹੈ ਅਤੇ ਸਿੱਖ ਕੌਮ ਦੇ ਜਜ਼ਬਾਤਾਂ ਨੂੰ ਟੁੰਬ ਕੇ ਬਾਦਲਾਂ ਨੂੰ ਫਿਰ ਕੋਈ ਨਾ ਕੋਈ ਨਵਾਂ ਮੋਰਚਾ ਲਾਉਣ ਦਾ ਪਲੈਟਫਾਰਮ ਅਤੇ ਸਿੱਖ ਸਾਈਕੀ ਤਿਆਰ ਕਰਕੇ ਦੇ ਰਹੀ ਹੈ। ਮੈਂ ਇਸ ਦੇ ਪਿੱਛੇ ਸਾਰੀ ਇਹ ਵਿਉਂਤਬੰਦੀ ਦੇਖ, ਤੁਸੀਂ ਸਸਤੇ ਪੋਲੀਟੀਕਲ ਲੀਡਰਾਂ ਬਾਰੇ ਗੱਲ ਕੀਤੀ, ਇਦਾਂ ਦਾ ਪੋਲੀਟੀਕਲ ਸਟਾਫ ਨਹੀਂ ਮਿਲਣਾ। ਅਸੀਂ ਜਰਾ ਫਿਰ ਅਤੀਤ ਵੱਲ ਨੂੰ ਚਲੇ ਜਾਂਦੇ ਕਿ ਬੀਤੇ ਦੌਰ ਦੇ ਵਿੱਚ, ਅਸੀਂ ਸਿੱਖ ਸੰਗਤ ਦੀ ਐਨਕ ਤੋਂ ਹੁਣ ਚੈੱਕ ਕਰਾਂਗੇ ਜੀ ਇਹਨੂੰ। ਬੀਤੇ ਦੌਰ ਦੇ ਵਿੱਚ ਜਦੋਂ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਵਿੱਚ ਉਹਨਾਂ ਨੇ ਸਿੱਖ ਸੰਗਤ ਤੋਂ ਹਟ ਕੇ ਇਹਨਾਂ ਦੇ ਕਬਜ਼ੇ ਚਲਾ ਗਿਆ, ਤਖ਼ਤ ਸ੍ਰੀ ਪਟਨਾ ਸਾਹਿਬ, ਤਖ਼ਤ ਸ੍ਰੀ ਹਜ਼ੂਰ ਸਾਹਿਬ, ਇਹ ਚੁੱਪ ਰਹੇ। ਦਿੱਲੀ ਗੁਰਦੁਆਰਾ ਕਮੇਟੀ ਚਲੀ ਗਈ, ਚੁੱਪ ਰਹੇ। ਹਰਿਆਣਾ ਗੁਰਦੁਆਰਾ ਕਮੇਟੀ ਚਲੀ ਗਈ, ਚੁੱਪ ਰਹੇ। ਕਿੰਨੀਆਂ ਹੀ ਸਿੱਖ ਵਿਰੋਧੀ ਕਿਤਾਬਾਂ ਸਿੱਖਾਂ ਦੇ ਸਮਾਗਮਾਂ 'ਤੇ ਛਾਪਦੀਆਂ ਰਹੀਆਂ, ਇਹ ਚੁੱਪ ਰਹੇ।
ਇਹ ਬੰਦੇ ਇੱਥੋਂ ਤੱਕ ਚੁੱਪ ਰਹੇ ਕਿ ਸਿੱਖ ਸੰਗਤ ਨੂੰ ਹੁਣ ਇੰਜ ਲੱਗਦਾ ਵੀ ਜਿਵੇਂ ਇਹ ਟੈਸਟਿੰਗ ਪੁਆਇੰਟ ਜਿਹਾ ਆ ਰਿਹਾ ਵੀ ਇਹਨੂੰ ਇੰਨਾ ਕੁ ਟੈਸਟ ਕਰੋ ਭਲਾ ਕਿੰਨਾ ਕੁ ਤੜਫਦੇ ਨੇ। ਤੁਹਾਨੂੰ ਲੱਗਦਾ ਵੀ ਉਸ ਤੜਫੜਾਹਟ ਤੋਂ ਇਹ ਗੱਲ ਮੁੱਦਾ ਸਾਹਮਣੇ ਆਉਂਦਾ ਕਿ ਜਾਂ ਇਹ ਆਉਣਗੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਸਸਤਾ ਪੋਲੀਟੀਕਲ ਸਟੱਫ, ਜੇ ਇਹ ਨਹੀਂ ਆਉਂਦੇ ਤੇ ਫਿਰ ਕੋਈ ਵੀ ਨਹੀਂ ਆਏਗਾ, ਫਿਰ ਖਿਲਾਰਾ ਖਿਲਰੇ। ਬੜੀ ਸਪਸ਼ਟ ਗੱਲ ਹੈ ਸਰਦਾਰ ਪ੍ਰਦੀਪ ਸਿੰਘ ਜੀ, ਕਿਸੇ ਦੂਸਰੇ ਨੂੰ ਭਾਰਤ ਦੀਆਂ ਏਜੰਸੀਆਂ ਨੇ, ਸਰਕਾਰੀ ਏਜੰਸੀਆਂ ਨੇ ਸਪਸ਼ਟ ਤੌਰ ਤੇ, ਅਤੇ ਭਾਰਤ ਦੇ ਬਿਊਰੋਕਰੇਟਸ ਦੇ ਵਿੱਚ ਬਣੇ ਹੋਏ ਪੰਜਾਬ ਪ੍ਰਤੀ ਸੈੱਲ ਨੇ ਕਿਸੇ ਦੂਸਰੇ ਨੂੰ ਸੱਤਾ ਹੀ ਚਾਹ ਨਹੀਂ ਨੀਚੇ ਦੇਣਾ, ਨਿਜ਼ਾਮ ਹੀ ਚਾਹ ਨਹੀਂ ਨੀਚੇ ਦੇਣਾ, ਕਿਉਂਕਿ ਉਹ ਇਸ ਚੀਜ਼ ਤੇ ਜੋਖਮ ਲੈਣ ਨੂੰ ਤਿਆਰ ਨਹੀਂ ਨੇ ਕਿ ਬਾਦਲਾਂ ਵਰਗੇ ਵਿਕੇ ਹੋਏ, ਵਿਛੇ ਹੋਏ, ਲਿਫੇ ਹੋਏ ਅਤੇ ਹਿੰਦੁਤਵਾ ਦੀ ਨਿੱਪਲ ਨੂੰ ਚੂਸਣ ਵਾਲੇ ਬੰਦੇ ਲਾਹਮੇ ਕਰਕੇ ਕਿਸੇ ਨਵੇਂ ਤੇ ਕੋਈ ਤਜਰਬਾ ਕੀਤਾ ਜਾਵੇ, ਇਹ ਸੰਭਾਵਨਾ ਹੀ ਨਹੀਂ ਹੈਗੀ। ਤੇ ਇਸ ਢੰਗ ਨਾਲ ਇਹ ਬਾਦਲਾਂ ਦਾ ਵਿਰੋਧ ਵੀ ਕਰ ਰਹੇ ਨੇ, ਬਾਦਲਾਂ ਨੂੰ ਹੋਰ ਲਿਫਾ ਵੀ ਰਹੇ ਨੇ, ਬਾਦਲਾਂ ਰਾਹੀਂ ਸਿੱਖ ਕੌਮ ਦਾ ਬੀਜ ਨਾਸ਼ ਵੀ ਕਰਵਾ ਰਹੇ ਨੇ, ਪਰ ਅਲਟੀਮੇਟਲੀ ਫਿਰ ਉਹ ਬਾਦਲਾਂ ਨੂੰ ਹੀ ਸਿੱਖ ਕੌਮ ਤੇ ਬਿਠਾਉਣਾ ਚਾਹੁੰਦੇ ਨੇ। ਸਾਰੀ ਕਵਾਇਦ ਦੀ ਇਹ ਇੱਕ ਅਮਲੀਕਰਨ, ਇਸ ਗੱਲ ਤੁਸੀਂ ਕੌਮ ਨੂੰ ਸਮਝਣਾ ਪੈਣਾ ਤੇ ਪੰਥ ਨੂੰ ਜੇ ਵਾਕਿਆ ਹੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਸੁਤੰਤਰ ਹੋ ਕੇ ਆਪਣੀ ਸੁਤੰਤਰ ਅਸਤੀ ਬਰਕਰਾਰ ਰੱਖਣੀ ਹੈ ਤੇ ਪੰਥ ਵਿੱਚੋਂ ਹੀ ਇਹਨਾਂ ਸਾਰੀਆਂ ਹੀ ਜੋ ਪੰਥਕ ਜਥੇਬੰਦੀਆਂ ਨਿਜ਼ਾਮ ਚੱਲ ਰਿਹਾ ਨੇ ਇਹਨਾਂ 'ਚ ਕੀ ਹੈ, ਸਾਰੇ 'ਚ ਬਾਦਲਾਂ ਤੋਂ ਹੀ ਟੁੱਟ ਟੁੱਟ ਕੇ ਬੰਦੇ ਆ ਰਹੇ ਨੇ ਨਾ ਜੀ, ਕੋਈ ਨਵਾਂ ਬੰਦਾ ਤੇ ਕਿਤੋਂ ਵੀ ਨਹੀਂ ਹੈ, ਜਾਂ ਜਿਹੜੇ ਨਿਜ਼ਾਮ ਨਾਲ ਮਿਲੇ ਹੋਏ ਨੇ ਉਹ ਬੰਦੇ ਨੇ। ਪੰਥ ਨੂੰ ਇਹਨਾਂ ਸਾਰਿਆਂ ਨੂੰ ਨਕਾਰ ਕੇ ਆਪਣੇ ਵਾਸਤੇ ਨਿਡਰ ਹੋ ਕੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਨਾਨਕਸ਼ਾਹੀ ਪ੍ਰਣਾਲੀ ਨਾਲ ਤੁਰਨ ਵਾਲੇ ਤੇ ਜੁੜਨ ਵਾਲੇ ਅਤੇ ਨਾਨਕਸ਼ਾਹੀ ਪ੍ਰਣਾਲੀ ਦਾ ਲਾਗੂਕਰਨ ਕਰਾਉਣ ਵਾਲੇ ਬੰਦੇ ਅੱਗੇ ਲਿਆਉਣੇ ਚਾਹੁੰਦੇ ਨੇ। ਮੈਨੂੰ ਨਹੀਂ ਸਮਝ ਆ ਰਹੀ ਕਿ ਅਖੀਰ ਪੰਥ ਨਾਨਕਸ਼ਾਹੀ ਪ੍ਰਣਾਲੀ ਦੇ ਅੰਗੇਸ਼ਟ ਕਿਉਂ ਭੁਗਤਦਾ, ਪੰਥ ਕਿਉਂ ਨਹੀਂ ਗੁਰੂ ਨਾਨਕ ਨਾਲ ਖੜਦਾ, ਪੰਥ ਕਿਉਂ ਨਹੀਂ ਗੁਰੂ ਨਾਨਕ ਦੇ ਘਰ ਨਾਲ ਖੜਦਾ, ਪੰਥ ਕਿਉਂ ਨਹੀਂ ਗੁਰੂ ਨਾਨਕ ਦੇ ਨਿਜ਼ਾਮ ਨਾਲ ਖੜਦਾ, ਆਖਿਰ ਕਿਹੜੀ ਵਜ੍ਹਾ? ਉਹੀ ਵਜ੍ਹਾ ਨੇ ਜਿਹੜੇ ਆ ਲੀਡਰ ਨੇ, ਦੈਟ ਮੀਨਸ ਜਿਹੜਾ ਗੁਰੂ ਨਾਨਕ ਨਾਲ ਨਹੀਂ ਖੜਦਾ, ਗੁਰੂ ਨਾਨਕ ਦੀ ਨਾਨਕਸ਼ਾਹੀ ਪ੍ਰਣਾਲੀ ਨਾਲ ਨਹੀਂ ਖੜਦਾ, ਫਿਰ ਸਿੱਖਾਂ ਨੂੰ ਆਪਣੇ ਤੌਰ ਤੇ ਆਪਣੀ ਜ਼ਮੀਰੀ 'ਚ ਫੈਸਲਾ ਕਰ ਲੈਣਾ ਚਾਹੀਦਾ ਕਿ ਉਹ ਨਾ ਪੰਥ ਹੈ ਨਾ ਸਿੱਖ ਹੈ। ਜਦ ਤੱਕ ਸਿੱਖ ਅਜਿਹੀ ਅੰਤਮ ਸੋਚ ਆਪਣੀ ਨਹੀਂ ਬਣਾਉਂਦੇ ਉਦੋਂ ਤੱਕ ਸਿੱਖ ਕੌਮ ਦਾ ਕੁਛ ਨਹੀਂ ਹੋ ਸਕਦਾ। ਤੇ ਆ ਜਿਹੜੀਆਂ ਐਸ ਜੀ ਪੀ ਸੀ ਨਾਲ ਖਿਲਵਾੜ ਕਰਨਾ ਐਕਟ ਵਿੱਚ ਤਰਮੀਮ ਕਰਨੀ, ਇਹ ਸਾਰੀਆਂ ਵਿਉਂਤਬੰਦੀਆਂ ਓਪਰੀਆਂ ਨੇ। ਇਹਨਾਂ ਸਾਰਿਆਂ ਦਾ ਇੱਕੋ ਇੱਕ ਟਾਰਗੇਟ ਹੈ ਕਿ ਸਿੱਖਾਂ 'ਚ ਜਿਹੜਾ ਵਰਤਮਾਨ ਨਿਜ਼ਾਮ, ਚਾਹੇ ਪੰਥਕ ਨਾਂ ਤੋਂ ਚੱਲ ਰਿਹਾ, ਚਾਹੇ ਬਾਦਲ ਨਾਂ ਤੋਂ ਚੱਲ ਰਿਹਾ, ਚਾਹੇ ਅਕਾਲ ਪੁਰਖ ਦੀ ਫੌਜ ਨਾਂ ਤੋਂ ਚੱਲ ਰਿਹਾ, ਤੇ ਚਾਹੇ ਭੋਰ ਨਾਂ ਤੋਂ ਚੱਲ ਰਿਹਾ, ਚਾਹੇ ਹੋਰ ਕਿਸੇ ਨਾਂ ਤੋਂ, ਚਾਹੇ ਅਕਾਲੀ ਦਲ ਅੰਮ੍ਰਿਤਸਰ ਨਾਂ ਤੋਂ ਚੱਲ ਰਿਹਾ, ਚਾਹੇ ਸਿੱਖ ਸਿਆਸਤ ਤੇ, ਚਾਹੇ ਭਾਈ ਰਣਜੀਤ ਸਿੰਘ ਤੇ, ਚਾਹੇ ਦਲਜੀਤ ਸਿੰਘ ਬਿੱਟੂ ਤੇ, ਚਾਹੇ ਵਡਾਲਾ, ਜਿਹੜੇ ਮਰਜ਼ੀ ਨਾਂ ਤੋਂ ਚੱਲ ਰਿਹਾ ਹੋਏ, ਉਹਨਾਂ ਦਾ ਇੱਕੋ ਇੱਕ ਲਿਟਮਸ ਪੇਪਰ ਹੈਗਾ ਕਿ ਇਹਨਾਂ 'ਚੋਂ ਕਿਹੜੇ ਲਿਖਣ ਵਾਲੇ ਜਾ ਹੈਗੇ ਨੇ ਜਿਹੜੇ ਹਮੇਸ਼ਾ ਸਾਡੇ ਅੱਗੇ ਵਿਛੇ ਰਹਿਣਗੇ। ਪ੍ਰਬੰਧ ਉਹਨਾਂ ਨੂੰ ਦੇਣਾ ਇਹਨਾਂ ਨੂੰ, ਤੇ ਸਿੱਖਾਂ ਨੂੰ ਇਹ ਸਾਰੇ ਹੀ ਤਿਆਗ ਕੇ ਨਾਨਕ ਦੇ ਘਰ ਨਾਲ, ਨਾਨਕਸ਼ਾਹੀ ਪ੍ਰਣਾਲੀ ਨਾਲ ਖੜਨ ਵਾਲੇ ਜਦ ਤੱਕ ਨਹੀਂ ਚੁਣਦੇ, ਤੇ ਸਿੱਖ ਕੌਮ ਜਦ ਤੱਕ ਖੁਦ ਗੁਰੂ ਨਾਨਕ ਦੀ ਨਾਨਕਸ਼ਾਹੀ ਪ੍ਰਣਾਲੀ ਨਾਲ ਨਹੀਂ ਖੜਦੀ, ਉਦੋਂ ਤੱਕ ਕੱਖ ਵੀ ਨਹੀਂ ਜੇ ਹੁੰਦਾ। ਮੈਂ ਇਸ ਚੀਜ਼ ਤੇ ਬਿਲਕੁਲ ਸਪਸ਼ਟ। ਬਹੁਤ ਬਹੁਤ ਸ਼ੁਕਰੀਆ ਸਦਾਤਿੰਦਰਪਾਲ ਸਿੰਘ ਜੀ, ਤੁਸੀਂ ਉਹਨਾਂ ਜ਼ਖਮਾਂ ਦਾ ਬੜੇ ਹੀ ਧਿਆਨ ਨਾਲ, ਬੜੇ ਹੀ ਸੁਲਝੇ ਤਰੀਕੇ ਨਾਲ ਇੱਕ ਤਰ੍ਹਾਂ ਦਾ ਇਲਾਜ ਕੀਤਾ ਜੀ, ਓਪਰੇਸ਼ਨ ਕੀਤਾ, ਸਾਡੇ ਅੱਗੇ ਦੱਸਿਆ ਕਿ ਇਹਦੀ ਮਲਮ ਪੱਟੀ ਕਿਹੋ ਜਿਹੀ ਹੋਣੀ ਚਾਹੀਦੀ ਹੈ। ਭਲਕੇ ਫਿਰ
ਤੁਹਾਡੇ ਦਰਸ਼ਨ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।